ਖਬਰਾਂ ਦੇ ਬੁਲੇਟਿਨ ਦੇ ਸਪான்ਸਰ ਨੇ ਰਿਆਨਟਰ ਗੁਰਜਤੇਂਦਰ ਸਿੰਘ ਰੰਦਾਵਾ ਹਰ ਤਰ੍ਹਾਂ ਦੀ ਪ੍ਰਾਪਰਟੀ ਖਰੀਦਣ ਤੇ ਵੇਚਣ ਲਈ ਤੁਸੀਂ ਕਾਲ ਕਰ ਸਕਦੇ ਹੋ ਗੁਰਜਤੇਂਦਰ ਸਿੰਘ ਰੰਦਾਵਾ ਹੁਣਾਂ ਨੂੰ ਇਸ ਨੰਬਰ ਤੇ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਆ ਪੰਜਾਬ ਮੇਲ ਯੂਐਸਟੀਵੀ ਮੈਂ ਬਰਨ ਕੌਰਮਾਨ ਖਬਰਾਂ ਦੇ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ ਹੈ ਪਹਿਲਾ ਨਜ਼ਰ ਪਾਉਨੇ ਆ ਖਾਸ ਖਾਸ ਖਬਰਾਂ ਤੇ ਵਾਇਡਨ ਪ੍ਰਸ਼ਾਸਨ ਨੇ ਅਮਰੀਕਾ ਮੈਕਸੀਕੋ ਸਰਹੱਦ ਤੇ ਪ੍ਰਵਾਸੀਆਂ ਨੂੰ ਰੋਕਣ ਦੇ ਲਈ ਟੈਕਸਾਸ ਦੇ ਗਵਰਨਰ ਵਿਰੁੱਧ ਦਾਇਰ ਕੀਤਾ ਮੁਕਦਮਾ ਵਰਤਾਨਵੀ ਸਰਕਾਰ ਨੇ ਭਾਰਤੀ ਨੌਜਵਾਨਾਂ ਵਾਸਤੇ 2 ਸਾਲ ਲਈ ਦਰਵਾਜ਼ਾ ਖੋਲ੍ਹਿਆ ਅਮਰੀਕਾ ਨੇ ਦੱਖਣੀ ਕੋਰੀਆ ਨੂੰ ਇੱਕ ਹੋਰ ਪਰਮਾਣੂ ਪੰਡੂਬੀ ਭੇਜੀ ਇੰਡਾਨਾਪੋਲਿਸ ਦੇ ਵਿੱਚ ਨਸ਼ੇ ਦੀ ਲੋਰ ਚ 5 ਸਾਲਾ ਬੱਚੇ ਨੇ 16 ਮਹੀਨਿਆਂ ਦੇ ਆਪਣੇ ਹੀ ਭਰਾ ਦਾ ਗੋਲੀ ਮਾਰ ਕੇ ਕੀਤਾ ਕਤਲ ਪੰਜਾਬੀ ਇੰਡਸਟਰੀ ਨੂੰ ਵੱਡਾ ਝਟਕਾ ਗਾਇਕ ਸੁਰਿੰਦਰ ਸ਼ਿੰਦਾ ਦਾ ਹੋਇਆ ਦੇਹਾਂਤ ਅਮਰੀਕਾ ਦੇ ਕਾਲੇ ਬੁੱਲਦੀ ਸਵਾਂਜ਼ਾ ਗੋਫ ਵਾਈਟ ਹਾਊਸ ਦੇ ਵਿਧਾਨਕ ਮਾਮਲਿਆਂ ਦੀ ਬਣੀ ਡਾਇਰੈਕਟਰ ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ ਅਮਰੀਕਾ ਕੈਨੇਡਾ ਜਣੇ ਦੇਸ਼ ਵਿਦੇਸ਼ ਦੀਆਂ ਹੋਰ ਬਹੁਤ ਸਾਰੀਆਂ ਖਬਰਾਂ ਵਾਈਡਨ ਪ੍ਰਸ਼ਾਸਨ ਨੇ ਅਮਰੀਕਾ ਮੈਕਸੀਕੋ ਸਰਹੱਦ ਪਾਰ ਕਰਨ ਵਾਲੇ ਪ੍ਰਵਾਸੀਆਂ ਨੂੰ ਰੋਕਣ ਦੇ ਲਈ ਟੈਕਸਾਸ ਦੁਆਰਾ ਰਿਓ ਗ੍ਰਾਂਡੇ ਨਦੀ ਵਿੱਚ ਫਲੋਟਿੰਗ ਬੈਰੀਅਰ ਨੂੰ ਲੈ ਕੇ ਟੈਕਸਾਸ ਗਵਰਨਰ ਤੇ ਮੁਕਦਮਾ ਕੀਤਾ ਹੈ ਫੇ ਬੰਦੀ ਦਾ ਐਲਾਨ ਟੈਕਸਸ ਦੇ ਰਿਪਬਲਿਕਨ ਗਵਰਨਰ ਗ੍ਰੇਗ ਐਵੋਟ ਨੇ ਜੂਨ ਵਿੱਚ ਕੀਤਾ ਸੰਗੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਨਦੀ ਵਿੱਚ ਰੁਕਾਵਟਾਂ ਸੰਗੀ ਕਾਨੂੰਨ ਦੀ ਉਲੰਘਣਾ ਕਰਦੀਆਂ ਨੇ ਇਸ ਦੇ ਨਾਲ ਹੀ ਮਨੁੱਖਤਾਵਾਦੀ ਚਿੰਤਾਵਾਂ ਵੀ ਸਾਹਮਣੇ ਆ ਗਈਆਂ ਨੇ ਰਾਜਪਾਲ ਨੇ ਕਿਹਾ ਹੈ ਕਿ ਉਹ ਅਦਾਲਤ ਵਿੱਚ ਇਸ ਨਾਲ ਨਿਜੀਠਣਗੇ ਜ਼ਿਕਰਯੋਗ ਹੈ ਕਿ ਇਸ ਪਬੰਦੀ ਦਾ ਐਲਾਨ ਜੂਨ ਵਿੱਚ ਕੀਤਾ ਗਿਆ ਸੀ ਰਾਜ ਦੇ ਅਧਿਕਾਰੀਆਂ ਨੇ ਸੰਘੀ ਅਧਿਕਾਰੀਆਂ ਦੇ ਬਿਆਨ ਤੇ ਦਲੀਲ ਦਿੱਤੀ ਹੈ ਕਿ ਇਸ ਨਾਲ ਸਰਹੱਦ ਨੂੰ ਸੁਰੱਖਿਅਤ ਕਰਨ ਵਿੱਚ ਮਦਦ ਮਿਲੇਗੀ ਪ੍ਰਵਾਸੀ ਵਕੀਲਾ ਨੇ ਕਿਹਾ ਹੈ ਕਿ ਇਹ ਪ੍ਰਵਾਸੀਆਂ ਲਈ ਬੇਅਸਰ ਅਤੇ ਸੰਭਾਵੀ ਤੌਰ ਤੇ ਖਤਰਨਾਕ ਹੋ ਸਕਦਾ ਹੈ ਨਿਆਂ ਵਿਭਾਗ ਨੇ ਆਸਟਿਨ ਵਿੱਚ ਇੱਕ ਸੰਘੀ ਅਦਾਲਤ ਵਿੱਚ ਦਲੀਲ ਦਿੱਤੀ ਕਿ ਰਾਜ ਦੇ ਅਧਿਕਾਰੀਆਂ ਨੂੰ ਰੁਕਾਵਟਾਂ ਨੂੰ ਲਾਗੂ ਕਰਨ ਤੋਂ ਪਹਿਲਾਂ ਸੰਗੀ ਇਜਾਜ਼ਤ ਲੈਣ ਦੀ ਲੋੜ ਸੀ ਸੰਗੀ ਅਧਿਕਾਰੀਆਂ ਨੇ ਦਲੀਲ ਦਿੱਤੀ ਕਿ ਅਜਿਹਾ ਨਾ ਕਰਕੇ ਟੈਕਸਾਸ ਨੇ ਜਲ ਮਾਰਗਾਂ ਨੂੰ ਨਿਯੰਤਰਿਤ ਕਰਨ ਵਾਲੇ ਸੰਗੀ ਕਾਨੂੰਨਾਂ ਦੀ ਉਲੰਘਣਾ ਕੀਤੀ ਹੈ ਐਸੋਸੀਏਟ ਅਟਾਰਨੀ ਜਰਨਲ ਬ੍ਰਿਤਾ ਗੁਪਤਾ ਨੇ ਕਿਹਾ ਅਸੀਂ ਦੋਸ਼ ਲਗਾਉਂਦੇ ਹਾਂ ਕਿ ਟੈਕਸਾਸ ਨੇ ਜ਼ਰੂਰੀ ਸੰਗੀ ਪਰਮਿਟਾਂ ਤੋਂ ਬਿਨਾਂ ਰਿਓ ਗ੍ਰਾਂਡੇ ਤੇ ਰੁਕਾਵਟ ਖੜੀ ਕਰਕੇ ਸੰਗੀ ਕਾਨੂੰਨ ਦੀ ਉਲੰਘਣਾ ਕੀਤੀ ਹੈ ਇਸ ਤੋਂ ਪਹਿਲਾਂ ਵਾਈਡਨ ਪ੍ਰਸ਼ਾਸਨ ਨੇ ਟੈਕਸਾਸ ਦੇ ਅਧਿਕਾਰੀਆਂ ਨੂੰ ਚੇਤਾਵਨੀ ਦਿੱਤੀ ਸੀ ਕਿ ਉਹ ਨਦੀ ਤੋਂ ਰੁਕਾਵਟ ਨੂੰ ਹਟਾ ਕੇ ਕਾਨੂੰਨੀ ਲੜਾਈ ਤੋਂ ਬਚ ਸਕਤੇ ਨੇ ਹਾਲਾਂਕਿ ਅਜਿਹਾ ਨਹੀਂ ਹੋਇਆ ਵਰਤਾਨਵੀ ਸਰਕਾਰ ਨੇ 18 ਤੋਂ 30 ਸਾਲ ਦੇ ਭਾਰਤੀਆਂ ਲਈ ਯੂਕੇ ਇੰਡੀਆ ਯੰਗ ਪ੍ਰੋਫੈਸ਼ਨਲ ਸਕੀਮ ਤਹਿਤ ਯੂਕੇ ਦੇ ਵੀਜ਼ਾ ਲਈ ਦੂਜਾ ਬੈਲਟ ਖੋਲ ਦਿੱਤਾ ਹੈ ਇਹ ਬੈਲਟ 27 ਜੁਲਾਈ ਨੂੰ ਬੰਦ ਹੋਵੇਗਾ ਇਹ ਯੋਗ ਭਾਰਤੀ ਨੌਜਵਾਨਾਂ ਨੂੰ 2 ਸਾਲਾਂ ਤੱਕ ਯੂਕੇ ਵਿੱਚ ਰਹਿਣ ਕੰਮ ਕਰਨ ਅਤੇ ਪੜ੍ਹਾਈ ਕਰਨ ਦਾ ਮੌਕਾ ਦਿੰਦਾ ਹੈ ਨਵੀਂ ਦਿੱਲੀ ਵਿੱਚ ਬ੍ਰਿਟਿਸ਼ ਹਾਈ ਕਮਿਸ਼ਨ ਨੇ ਇਸ ਬਾਰੇ ਟਵੀਟ ਕੀਤਾ ਯੰਗ ਪ੍ਰੋਫੈਸ਼ਨਲ ਸਕੀਮ ਦਾ ਦੂਜਾ ਬੈਲਟ ਖੁੱਲ ਚੁੱਕਾ ਹੈ ਜੇ ਤੁਸੀਂ 18 ਤੋਂ 30 ਸਾਲ ਤੱਕ ਦੇ ਭਾਰਤੀ ਨਾਗਰਿਕ ਹੋ ਤੇ ਤੁਹਾਡੇ ਕੋਲ ਗ੍ਰੈਜੂਏਸ਼ਨ ਜਾਂ ਪੋਸਟ ਗ੍ਰੈਜੂਏਸ਼ਨ ਦੀ ਡਿਗਰੀ ਹੈ ਤਾਂ ਤੁਸੀਂ ਇੰਡੀਆ ਯੰਗ ਪ੍ਰੋਫੈਸ਼ਨਲ ਸਕੀਮ ਵੀਜ਼ਾ ਲਈ ਅਪਲਾਈ ਕਰ ਸਕਤੇ ਹੋ ਇਹ ਬੈਲਟ 27 ਜੁਲਾਈ ਨੂੰ ਦੁਪਹਿਰ 1:30 ਵਜੇ ਬੰਦ ਹੋਵੇਗਾ ਬੈਲਟ ਲਈ ਅਪਲਾਈ ਕਰਨਾ ਮੁਫਤ ਹੈ ਪਰ ਉਹ ਵਿਨੇਕਾਰ ਹੀ ਅਪਲਾਈ ਕਰੇ ਜੋ ਵੀਜ਼ਾ ਲਈ ਵੀ ਅਰਜ਼ੀ ਦੇਣਾ ਚਾਹੁੰਦਾ ਹੈ ਬ੍ਰਿਟਿਸ਼ ਹਾਈ ਕਮਿਸ਼ਨ ਨੇ ਇੱਕ ਟਵੀਟ ਦੇ ਵਿੱਚ ਇਸ ਸੰਬੰਧੀ ਐਲਾਨ ਕੀਤਾ ਇਸ ਸਾਲ ਰਸਮੀ ਤੌਰ ਤੇ ਸ਼ੁਰੂ ਕੀਤੀ ਗਈ ਇਹ ਸਕੀਮ ਗ੍ਰੈਜੂਏਟ ਜਾਂ ਪੋਸਟ ਗ੍ਰੈਜੂਏਟ ਯੋਗਤਾ ਵਾਲੇ ਭਾਰਤੀ ਨਾਗਰਿਕਾਂ ਨੂੰ 2 ਸਾਲਾਂ ਤੱਕ UK ਵਿੱਚ ਰਹਿਣ ਅਤੇ ਕੰਮ ਕਰਨ ਦੀ ਆਗਿਆ ਦਿੰਦੀ ਹੈ ਇਹ ਉਮੀਦਵਾਰ ਨੂੰ ਉਸਦਾ ਵੀਜ਼ਾ ਵੈਧ ਹੋਣ ਦੌਰਾਨ ਕਿਸੇ ਵੀ ਸਮੇਂ UK ਵਿੱਚ ਦਾਖਲ ਹੋਣ ਅਤੇ ਠਹਿਰਨ ਦੌਰਾਨ ਕਿਸੇ ਵੀ ਸਮੇਂ ਦੇਸ਼ ਛੱਡਣ ਅਤੇ ਵਾਪਸ ਆਉਣ ਦੀ ਆਗਿਆ ਦਿੰਦੀ ਹੈ 2023 ਵਿੱਚ ਇੰਡੀਆ ਯੰਗ ਪ੍ਰੋਫੈਸ਼ਨਲ ਸਕੀਮ ਵੀਜ਼ਾ ਲਈ 3000 ਥਾਂ ਉਪਲਬਧ ਹਨ ਜਦੋਂ ਕਿ ਜ਼ਿਆਦਾਤਰ ਥਾਂ ਫਰਵਰੀ ਵਿੱਚ ਖੁੱਲੇ ਪਹਿਲੇ ਬੈਲਟ ਵਿੱਚ ਦਿੱਤੇ ਗਏ ਸਨ ਬਾਕੀ ਥਾਵਾਂ ਜੁਲਾਈ ਦੇ ਬੈਲਟ ਵਿੱਚ ਦਿੱਤੀਆਂ ਜਾਣਗੀਆਂ ਬੈਲਟ ਵਿੱਚ ਸਫਲ ਉਮੀਦਵਾਰਾਂ ਨੂੰ ਅਪਲਾਈ ਕਰਨ ਲਈ ਬਾਦ ਦੇ ਸੱਦੇ ਵਿੱਚ ਦਿੱਤੀ ਗਈ ਅੰਤਮ ਤਾਰੀਖ ਤੱਕ ਆਪਣੇ ਵੀਜ਼ਾ ਲਈ ਅਰਜ਼ੀ ਦੇਣੀ ਹੋਏਗੀ ਜੋ ਕਿ ਆਮ ਤੌਰ ਤੇ ਇੱਕ ਮਹੀਨੇ ਦੀ ਮਿਆਦ ਦੇ ਅੰਦਰ ਹੁੰਦੀ ਹੈ ਨਾਲ ਹੀ ਉਹਨਾਂ ਨੂੰ ਆਪਣੇ ਵੀਜ਼ਾ ਲਈ ਅਰਜ਼ੀ ਦੇਣ ਦੇ 6 ਮਹੀਨਿਆਂ ਦੇ ਅੰਦਰ ਯੂਕੇ ਦੀ ਯਾਤਰਾ ਕਰਨੀ ਹੋਏਗੀ ਐਪਲੀਕੇਸ਼ਨ ਫੀਸ ਦਾ ਖਰਚਾ 249 ਪੌਂਡ ਨਿਰਧਾਰਿਤ ਕੀਤਾ ਗਿਆ ਹੈ ਅਤੇ ਇਸ ਵਿੱਚ ਸ਼ਾਮਲ ਬਾਧੂ ਖਰਚੇ 940 ਪੌਂਡ ਹੈਲਥ케ਅਰ ਸਰਚਾਰਜ ਹੈ ਅਮਰੀਕਾ ਨੇ ਸੋਮਵਾਰ ਨੂੰ ਦੱਖਣੀ ਕੋਰੀਆ ਨੂੰ ਇੱਕ ਹੋਰ ਪਰਮਾਣੂ ਪੰਡੂਵੀ ਭੇਜੀ ਹੈ ਇਸ ਦਾ ਨਾਮ ਯੂਐਸ ਐਨਾਪਾਲਿਸ ਹੈ ਦੱਖਣੀ ਕੋਰੀਆ ਨੂੰ ਭੇਜੀ ਗਈ ਇਹ ਅਮਰੀਕਾ ਦੀ ਦੂਜੀ ਪਰਮਾਣੂ ਪੰਡੂਵੀ ਹੈ ਪਿਛਲੇ ਹਫਤੇ ਅਮਰੀਕਾ ਨੇ 1983 ਤੋਂ ਬਾਅਦ ਪਹਿਲੀ ਵਾਰ ਯੂਐਸਐਸ ਕਿੰਟਕੀ ਨਾਂ ਦੀ ਪੰਡੂਵੀ ਦੱਖਣੀ ਕੋਰੀਆ ਭੇਜੀ ਸੀ ਉਦੋਂ ਉੱਤਰੀ ਕੋਰੀਆ ਨੇ ਦੱਖਣੀ ਕੋਰੀਆ ਨੂੰ ਪਰਮਾਣੂ ਹਮਲੇ ਦੀ ਚੇਤਾਵਨੀ ਦਿੱਤੀ ਸੀ ਇਸ ਦੇ ਨਾਲ ਹੀ ਕਈ ਮਿਜ਼ਾਈਲਾਂ ਵੀ ਧਾਕੀਆਂ ਕਈਆਂ ਉੱਤਰੀ ਕੋਰੀਆ ਨੇ ਕਿਹਾ ਸਿਗਾ ਕਿ ਅਮਰੀਕਾ ਦੀਆਂ ਇਹਨਾਂ ਕਾਰਵਾਈਆਂ ਕਾਰਨ ਕੋਰੀਆ ਵਿੱਚ ਪਰਮਾਣੂ ਯੁੱਧ ਦਾ ਖਤਰਾ ਵਧ ਰਿਹਾ ਹੈ ਐਨਾਪਾਲਿਸ ਪਰਮਾਣੂ ਪੰਡੂਬੀ ਇਸ ਸਮੇਂ ਜੇਜੂ ਟਾਪੂ ਤੇ ਡੌਕ ਕੀਤੀ ਗਈ ਹੈ ਐਨਾਪਾਲਿਸ ਦਾ ਮੁੱਖ ਮਿਸ਼ਨ ਦੁਸ਼ਮਣ ਦੇ ਜਹਾਜ਼ਾਂ ਤੇ ਪੰਡੂਬੀਆਂ ਨੂੰ ਨਸ਼ਟ ਕਰਨਾ ਹੈ ਇਸ ਦੇ ਨਾਲ ਹੀ ਅਮਰੀਕਾ ਨੇ ਕਿਹਾ ਹੈ ਕਿ ਉਹ ਉੱਤਰੀ ਕੋਰੀਆ ਭੱਜ ਗਏ ਆਪਣੇ ਸੈਨਿਕਾਂ ਨੂੰ ਵਾਪਸ ਲਿਆਉਣ ਲਈ ਕਿਮ ਯੋਂਗ ਉੰਦੀ ਸਰਕਾਰ ਨਾਲ ਗੱਲਬਾਤ ਕਰ ਰਹੇ ਨੇ ਆਪਣੇ ਅਪਾਰਟਮੈਂਟ ਵਿੱਚ ਹੈਂਡਗਨ ਮਿਲਣ ਤੋਂ ਬਾਅਦ 5 ਸਾਲਾ ਬੱਚੇ ਵੱਲੋਂ ਆਪਣੇ ਹੀ 16 ਮਹੀਨਿਆਂ ਦੇ ਭਰਾ ਦੇ ਗੋਲੀ ਮਾਰ ਕੇ ਕੀਤੇ ਗਏ ਕਤਲ ਤੋਂ ਬਾਅਦ ਪ੍ਰੋਸੀਕਿਊਟਰਜ਼ ਨੇ ਮਾਪਿਆਂ ਖਿਲਾਫ ਅਣਗੈਲੀ ਵਰਤਣ ਤੇ ਨਸ਼ਾ ਕਰਨ ਸੰਬੰਧੀ ਚਾਰजेस ਦਰਜ ਕੀਤੇ ਹਨ ਔਰ ਨਾਲ ਦੇ ਨਾਲ ਲੋਪੋਰਟ ਤੋਂ ਇੱਕ ਦਿਨ ਪਹਿਲਾਂ ਹੀ 27 ਸਾਲਾ ਡਿਓਨਟਾ ਜ਼ੈਰਮੈਨ ਜੌਨਸਨ ਤੇ 24 ਸਾਲਾ ਸ਼ਾਤੀਆ ਟਿਆਰਾ ਵੈਲਸ਼ ਨੂੰ ਗ੍ਰਿਫਤਾਰ ਕੀਤਾ ਗਿਆ ਇਜ਼ਹਾਰ ਜੌਨਸਨ ਨੂੰ ਜੋ ਕਿ ਇੰਡੀਆਨਾ ਪੋਲੀਸ ਤੋਂ 96 ਕਿਲੋਮੀਟਰ ਉੱਤਰ ਵੱਲ ਸਥਿਤ ਹੈ ਰੌਮ ਨੇ ਮੀਡੀਓਜ਼ ਅਪਾਰਟਮੈਂਟ ਵਿੱਚ 28 ਮਾਰਚ ਨੂੰ ਗੋਲੀ ਮਾਰੀ ਗਈ ਸਰ ਵਿੱਚ ਗੋਲੀ ਲੱਗਣ ਕਾਰਨ ਇਸਹਾਇਆ ਦੀ ਮੌਤ ਹੋ ਗਈ ਤੇ ਉਸਦੇ ਖੂਨ ਵਿੱਚ ਮੈਰੀਓਨਾ ਪਾਈ ਗਈ ਪ੍ਰੋਸੀਕਿਊਟਰਸ ਨੇ ਦੱਸਿਆ ਕਿ ਉਸਦੇ 5 ਸਾਲਾਂ ਬਰਾਦੇ ਖੂਨ ਵਿੱਚ ਕੋਕੇਨ ਪਾਈ ਗਈ ਸੀ ਅਧਿਕਾਰੀਆਂ ਨੇ ਦੱਸਿਆ ਕਿ ਜਿਸ ਸਮੇ ਗੋਲੀ ਚੱਲੀ ਉਸ ਸਮੇ ਡਿਓਨਟਾ ਜੌਨਸਨ ਆਪਣੇ ਅਪਾਰਟਮੈਂਟ ਵਿੱਚ ਸੁੱਤਾ ਹੋਇਆ ਸੀ ਤੇ ਵੈਲਸ਼ ਉੱਥੇ ਨਹੀਂ ਸੀ ਸ਼ੂਟਿੰਗ ਤੋਂ ਬਾਅਦ ਪੁਲਿਸ ਨੂੰ ਫੈਂਟਾਨਾਈਲ ਦੀਆਂ 93 ਗੋਲੀਆਂ ਮੈਰੀਓਨਾ ਤੇ ਪੈਰਾ ਫਰਨੇਲੀਆ ਅਪਾਰਟਮੈਂਟ ਵਿੱਚ ਮਿਲੀਆਂ ਵੈਲਚ ਨੇ ਪੁਲਿਸ ਨੂੰ ਦੱਸਿਆ ਕਿ ਗਨ ਉਸਦੀ ਹੈ ਪਰ ਉਸਨੇ ਇਹ ਵੀ ਆਖਿਆ ਕਿ ਉਹ ਗਨ ਆਪਣੇ ਬੈੱਡ ਦੇ ਥੱਲੇ ਬਾਕਸ ਵਿੱਚ ਲੋਕ ਕਰਕੇ ਰੱਖਦੀ ਸੀ ਸ਼ੂਟਿੰਗ ਤੋਂ ਬਾਅਦ ਪੁਲਿਸ ਦੇ ਅਪਾਰਟਮੈਂਟ ਵਿੱਚ ਪਹੁੰਚਣ ਤੋਂ ਪਹਿਲਾਂ ਹੀ ਮੈਰੀਵਾਨਾ ਨੂੰ ਹਟਾਉਣ ਦੇ ਮਾਮਲੇ ਵਿੱਚ ਜੌਨਸਨ ਨੂੰ ਕਾਨੂੰਨ ਦੇ ਰਾਹ ਵਿੱਚ ਅੜਿੱਕਾ ਪਾਉਣ ਲਈ ਚਾਰਜ ਕੀਤਾ ਗਿਆ 80 90 ਦੇ دہਾਕੇ ਦੇ ਮਸ਼ਹੂਰ ਲੋਕ ਗਾਇਕ ਸੁਰਿੰਦਰ ਸਿੰਘ ਦਾ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਉਹ ਪਿਛਲੇ ਲੰਬੇ ਸਮੇਂ ਤੋਂ ਬਿਮਾਰ ਚੱਲ ਰਹੇ ਸੀ ਉਹਨਾਂ ਨੇ ਸਵੇਰੇ 7:30 ਵਜੇ ਡੀ ਐਮ ਸੀ ਹਸਪਤਾਲ ਵਿਖੇ ਆਖਰੀ ਸਾਹ ਲਏ ਦੱਸਣਯੋਗ ਹੈ ਕਿ ਪਿਛਲੇ ਦਿਨੀ ਉਹਨਾਂ ਦੀ ਹਾਲਤ ਬਹੁਤ ਨਾਜ਼ੁਕ ਬਣੀ ਹੋਈ ਸੀ ਉਹਨਾਂ ਨੂੰ ਲੁਧਿਆਣਾ ਦੇ ਮਾਡਲ ਟਾਊਨ ਵਿਖੇ ਇੱਕ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਸੀ ਜਿੱਥੇ ਉਹਨਾਂ ਦਾ ਆਪਰੇਸ਼ਨ ਕੀਤਾ ਗਿਆ ਇਸ ਤੋਂ ਬਾਅਦ ਸਰੀਰ ਦੇ ਵਿੱਚ ਇਨਫੈਕਸ਼ਨ ਫੈਲਣ ਕਾਰਨ ਉਹਨਾਂ ਨੂੰ ਡੀ ਐਮ ਸੀ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੇ ਉਹਨਾਂ ਨੇ ਆਖਰੀ ਸਾਹ ਲਏ ਇਸ ਤੋਂ ਪਹਿਲਾਂ ਉਹਨਾਂ ਦੀ ਮੌਤ ਦੀ ਅਫਵਾਹ ਵੀ ਫੈਲੀ ਸੀ ਪਰ ਉਹਨਾਂ ਦੇ ਪੁੱਤਰ ਨੇ ਫੇਸਬੁੱਕ ਤੇ ਲਾਈਵ ਹੋ ਕੇ ਇਨ੍ਹਾਂ ਅਫਵਾਹਾਂ ਦਾ ਖੰਡਨ ਕੀਤਾ ਸੀ ਦੱਸਣਯੋਗ ਹੈ ਕਿ ਮਸ਼ਹੂਰ ਲੋਕ ਗਾਇਕ ਸੁਰਿੰਦਰ ਪਾਲ ਤੰਮੀ ਜਿਨ੍ਹਾਂ ਨੂੰ ਅਸੀਂ ਸੁਰਿੰਦਰ ਸ਼ਿੰਦਾ ਵਜੋਂ ਜਾਣਦੇ ਹਾਂ ਉਹਨਾਂ ਦਾ ਜਨਮ 20 ਮਈ 1953 ਨੂੰ ਪਿੰਡ ਚੋਟੀ ਇਆੜੀ ਜ਼ਿਲ੍ਹਾ ਲੁਧਿਆਣਾ ਪੰਜਾਬ ਦੇ ਵਿੱਚ ਹੋਇਆ ਸੀ ਸੁਰਿੰਦਰ ਸ਼ਿੰਦਾ ਹੋਣਾ ਦਾ ਜਨਮ ਇੱਕ ਰਾਮਗੜੀਆ ਪਰਿਵਾਰ ਚ ਹੋਇਆ ਪੰਜਾਬੀ ਸੰਗੀਤ ਜਗਤ ਵਿੱਚ ਆਉਣ ਤੋਂ ਪਹਿਲਾਂ ਸ਼ਿੰਦਾ ਸਰੂਪ ਮੈਕੈਨਿਕਲ ਵਰਕਸ਼ 'ਚ ਨੌਕਰੀ ਕਰਦੇ ਸਨ ਉਹਨਾਂ ਨੇ ਸਾਲ 1981 'ਚ ਪੁੱਤ ਜੱਟਾਂ ਦੇ ਬੁਲਾਉਂਦੇ ਬakre ਗੀਤ ਨਾਲ ਪੰਜਾਬੀ 뮤직 ਇੰਡਸਟਰੀ ਦੇ ਵਿੱਚ ਕਦਮ ਰੱਖਿਆ ਇਸ ਤੋਂ ਬਾਅਦ ਉਹਨਾਂ ਨੇ ਕਦੇ ਵਾਪਸ ਮੁੜ ਕੇ ਨਹੀਂ ਦੇਖਿਆ ਉਹਨਾਂ ਦੇ ਦੇਹਾਂਤ ਕਾਰਨ ਪੰਜਾਬੀ 뮤직 ਇੰਡਸਟਰੀ ਦੇ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ ਹਾਊਸ ਫਲੋਰ ਦੀ ਸਾਬਕਾ ਡਾਇਰੈਕਟਰ ਸੁਵਾਂਜ਼ਾ ਗੋਫ ਬੀਤੇ ਸੋਮਵਾਰ ਵਾਈਟ ਹਾਊਸ ਤੇ ਵਿਧਾਨਕ ਮਾਮਲਿਆਂ ਦੀ ਡਾਇਰੈਕਟਰ ਵਜੋਂ ਸੇਵਾ ਕਰਨ ਵਾਲੀ ਪਹਿਲੀ ਕਾਲੇ ਮੂਲ ਦੀ ਔਰਤ ਬਣੀ ਹੈ ਸੁਵਾਂਜ਼ਾ ਗੋਫ ਰਿਪਬਲਿਕਾ ਨਾਲ ਕੰਮਕਾਜੀ ਰਿਸ਼ਤਾ ਕਾਇਮ ਰੱਖਦਿਆਂ ਰਾਸ਼ਟਰਪਤੀ ਜੋ ਵਾਈਡਨ ਦੇ ਏਜੰਡੇ ਨੂੰ ਸਦਨ ਅਤੇ ਸੈਨੇਟ ਵਿੱਚ ਅੱਗੇ ਵਧਣ 'ਚ اہم ਭੂਮਿਕਾ ਨਿਭਾਏਗੀ ਜ਼ਿਕਰਯੋਗ ਹੈ ਕਿ ਉਸ ਨੂੰ ਪਹਿਲਾਂ ਵਾਈਟ ਹਾਊਸ ਆਫਿਸ ਆਫ ਲੈਜਿਸਲੇਟਿਵ ਅਫੇਅਰਸ ਦੀ ਡਿਪਟੀ ਡਾਇਰੈਕਟਰ ਨਿਯੁਕਤ ਕੀਤਾ ਗਿਆ ਸੀਗਾ ਤੇ ਉਹ ਹਾਊਸ ਆਫ ਰਿਪਰੈਜ਼ੈਂਟੇਟਿਵ ਸੀ ਰਾਸ਼ਟਰਪਤੀ ਵਾਈਡਨ ਨੇ ਸੋਮਵਾਰ ਨੂੰ ਇੱਕ ਬਿਆਨ ਚੁਸਤੀ ਭੂਮਿਕਾ ਨਿਭਾਉਣ ਚੁਸਤੀਆਂ ਪ੍ਰਾਪਤੀਆਂ ਦੀ ਸ਼ਲਾਘਾ ਵੀ ਕੀਤੀ ਹੈ ਰਾਸ਼ਟਰਪਤੀ ਵਾਈਡਨ ਨੇ ਇੱਕ ਬਿਆਨ ਦੇ ਵਿੱਚ ਕਿਹਾ ਕਿ ਸੁਵਾਂਜਾ ਇੱਕ ਸਾਬਤ ਨੇਤਾ ਅਤੇ ਭਰੋਸੇਮੰਦ ਆਵਾਜ਼ ਹੈ ਉਹ ਕੈਪੀਟਲ ਹਿੱਲ ਵਾਸ਼ਿੰਗਟਨ ਵਿੱਚ ਗਹਾਕੇ ਤੋਂ ਵਾਦ ਸਮੇਤੋ ਦੋਵਾਂ ਚੈਂਬਰਾਂ ਚ ਮਜ਼ਬੂਤ ਸਬੰਧਾਂ ਦੇ ਨਾਲ ਵਾਈਟ ਹਾਊਸ ਵਿੱਚ ਵਾਪਸ ਆਈ ਹੈ ਹਾਊਸ ਅਤੇ ਸੈਨੇਟ ਦੇ ਵਿੱਚ ਦਹਾਕਿਆਂ ਦੇ ਲੰਬੇ ਸਮੇਂ ਵਿੱਚ ਸੁਵਾਂਜਾ ਨਜ਼ਦੀਕੀ ਲੋਕਾਂ ਨਾਲ ਪਾਈ ਵਾਲੀ ਅਤੇ ਸੰਯੁਕਤ ਰਾਜ ਕਾਂਗਰਸ ਲਈ ਉਸਦੀ ਮਹਾਰਤ ਪ੍ਰਵਰਤੀ ਅਤੇ ਡੂੰਗਾ ਸਤਿਕਾਰ ਸਾਡੇ ਪ੍ਰਸ਼ਾਸਨ ਦੇ ਅਮਰੀਕੀ ਲੋਕਾਂ ਦੀ ਚੰਗੀ ਤਰ੍ਹਾਂ ਸੇਵਾ ਕਰਨਾ ਜਾਰੀ ਰੱਖੇਗੀ ਦੱਸਣ ਯੋਗ ਹੈ ਕਿ ਗੋਫ ਹਾਊਸ ਫਲੋਰ ਡਾਇਰੈਕਟਰ ਦੀ ਭੂਮਿਕਾ ਨਿਭਾਉਣ ਵਾਲੀ ਪਹਿਲੀ ਕਾਲੀ ਵੀ ਔਰਤ ਸੀ ਜਿਸ ਨੇ ਵਾਈਡਨ ਪ੍ਰਸ਼ਾਸਨ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ 2000 ਨਿਚੇ ਇਹ ਅਹੁਦਾ ਸੰਭਾਲਿਆ ਸੀ ਅਮਰੀਕਾ ਵਿੱਚ ਕੈਲੀਫੋਰਨੀਆ ਦੀ ਪੁਲਾੜ ਕੰਪਨੀ ਨੇ ਸੋਮਵਾਰ ਨੂੰ ਘੋਸ਼ਣਾ ਕੀਤੀ ਕਿ ਸਪੇਸਐਕਸ ਦੇ ਫਾਲਕਨ 9 ਕੈਰੀਅਰ ਰਾਕਟ ਨੇ 22 ਸਟਾਰਲਿੰਗ ਉਪਗ੍ਰਹਿਾਂ ਨੂੰ ਆਰਬਿਟ ਵਿੱਚ ਸਫਲਤਾਪੂਰਵਕ ਸਥਾਪਿਤ ਕੀਤਾ ਕੰਪਨੀ ਨੇ ਟਵੀਟ ਕੀਤਾ ਕਿ ਫਾਲਕਨ 9 ਨੇ ਫਲੋਰੀਡਾ ਦੇ ਕੇਪ ਕੈਨਾ ਵਾਇਰਲ ਸਪੇਸ ਫੋਰ ਅਸਟੇਸ਼ਨ SLC 40 ਤੋਂ 22 স্টারਲਿੰਗ ਸੈਟੇਲਾਈਟ ਲਾਂਚ ਕੀਤੇ ਨੇ ਕੰਪਨੀ ਨੇ ਕਿਹਾ ਕਿ ਸਾਰੇ ਸੈਟੇਲਾਈਟਾਂ ਦੀ ਤਨਾਈਤੀ ਦੀ ਪੁਸ਼ਟੀ ਹੋ ਗਈ ਹੈ ਇਸ ਤੋਂ ਪਹਿਲਾਂ ਲਾਂਚਿੰਗ 2 ਵਾਰ ਡੇਟ ਹੋ ਚੁੱਕੀ ਹੈ ਕਿਉਂਕਿ 19 ਜੁਲਾਈ ਨੂੰ ਅਣਪਛਾਤੀ ਤਕਨੀਕੀ ਸਮੱਸਿਆ ਆਈ ਸੀ ਅਤੇ ਐਤਵਾਰ ਨੂੰ ਖਰਾਬ ਮੌਸਮ ਕਾਰਨ ਲਾਂਚ ਨੂੰ ਰੱਦ ਕਰ ਦਿੱਤਾ ਗਿਆ ਸੀ ਸਟਾਰਲਿੰਕ ਸੈਟੇਲਾਈਟ ਨੈਟਵਰਕ ਹੈ ਜੋ ਪੂਰੇ ਗ੍ਰਹਿ ਨੂੰ ਬ੍ਰੌਡਬੈਂਡ ਇੰਟਰਨੈਟ ਪਹੁੰਚ ਪ੍ਰਦਾਨ ਕਰਨ ਦੇ ਲਈ ਤਿਆਰ ਕੀਤਾ ਗਿਆ ਹੈ ਅਮਰੀਕੀ ਅਰਬਪਤੀ ਉਦਯੋਗਪਤੀ ਐਲਨ ਮਸਕ ਦੀ ਮਲਕੀਅਤ ਵਾਲਾ ਸਪੇਸਐਕਸ 2018 ਤੋਂ ਇਸ ਪ੍ਰੋਜੈਕਟ ਦਾ ਪ੍ਰਬੰਧਨ ਕਰ ਰਿਹਾ ਹੈ ਹੁਣ ਤੱਕ 4200 ਸਟਾਰਲਿੰਕ ਉਪਗ੍ਰਹ ਧਰਤੀ ਦੇ ਪੰਧ ਵਿੱਚ ਸਥਾਪਿਤ ਕੀਤੇ ਜਾ ਚੁੱਕੇ ਨੇ बुधवार ਨੂੰ ਹੋਣ ਜਾ ਰਹੇ ਫੇਰ ਬਦਲ ਤੋਂ ਬਾਅਦ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਸੂਚਾ ਮੰਤਰੀ ਮੰਡਲ ਹੀ ਲਗਭਗ ਨਵੀਆਂ ਭੂਮਿਕਾਵਾਂ ਵਿੱਚ ਨਜ਼ਰ ਆਏਗਾ ਇੱਕ ਸੀਨੀਅਰ ਸਰਕਾਰੀ ਸੂਤਰ ਦੇ ਅਨੁਸਾਰ ਟਰੂਡੋ ਦੇ ਫਰੰਟ ਬੈਂਚ ਦਾ ਮਹਾਂਦਰਾ ਵੀ ਬਦਲਣ ਵਾਲਾ ਹੈ ਸੱਤ ਮੰਤਰੀਆਂ ਦੇ ਕੈਬਨਿਟ ਛੱਡਣ ਦੀ ਪੁਸ਼ਟੀ ਹੋ ਚੁੱਕੀ ਹੈ ਤੇ ਇਸ ਦੇ ਨਾਲ ਹੀ ਖਾਲੀ ਹੋਣ ਵਾਲੇ ਅਹੁਦਿਆਂ ਨੂੰ ਨਵੇਂ ਚਿਹਰਿਆਂ ਨੂੰ ਮੌਕਾ ਦਿੱਤਾ ਜਾਏਗਾ ਪ੍ਰਧਾਨ ਮੰਤਰੀ ਨੇ ਫਰੰਟ ਬੈਂਚ ਦੇ ਮੌਜੂਦ ਮੈਂਬਰਾਂ ਵਿੱਚ ਵੀ ਬਹੁ ਗਿਣਤੀ ਨੂੰ ਬਦਲਿਆ ਜਾ ਰਿਹਾ ਇਸ ਗੱਲ ਦੀ ਵੀ ਪੁਸ਼ਟੀ ਹੋ ਚੁੱਕੀ ਹੈ ਕਿ ਚਾਰ ਕੈਬਨਿਟ ਮੰਤਰੀ ਅਗਲੀਆਂ ਉਹਨਾਂ ਤੋਂ ਪਹਿਲਾਂ ਹੀ ਫੈਡਰਲ ਸਿਆਸਤ ਤੋਂ ਸਨਿਆਸ ਲੈਣ ਜਾ ਰਹੇ ਨੇ ਤੇ ਇਹ ਵੀ ਕੈਬਨਿਟ ਛੱਡਣਗੇ। ਇਹਨਾਂ ਵਿੱਚ ਪਬਲਿਕ ਸੇਫਟੀ ਮੰਤਰੀ ਮਾਰਕੋ ਮੈਂਸੀਨੋ, ਨਿਆਂ ਮੰਤਰੀ ਡੇਵਿਡ ਖਜ਼ਾਨਾ ਬੋਰਡ ਦੀ ਪ੍ਰੈਜ਼ੀਡੈਂਟ ਮੋਨਾ ਫੌਚੀਅਰ ਸ਼ਾਮਲ ਨੇ। ਇਹਨਾਂ ਤੋਂ ਇਲਾਵਾ ਟਰਾਂਸਪੋਰਟ ਮੰਤਰੀ ਉਮਰ ਅਲਗਬਰਾ, ਫਿਸ਼ਰੀਜ਼ ਐਂਡ ਓਸ਼ੀਅਨਜ਼ ਮੰਤਰੀ ਚੋਇਸ, ਪਬਲਿਕ ਸਰਵਿਸ ਐਂਡ ਪ੍ਰੋਕਿਊਰਮੈਂਟ ਮੰਤਰੀ ਹੈਲੈਨਾ ਅਤੇ ਆਦ ਨਾਮ ਜਿਹੜੇ ਸ਼ਾਮਲ ਨੇ ਤੇ ਨਾਲ ਦੇ ਨਾਲ 2021 ਤੋਂ ਬਾਅਦ ਟਰੂਡੋ ਕੈਬਨਿਟ ਵਿੱਚ ਹੋਣ ਜਾ ਰਿਹਾ ਇਹ ਵੱਡਾ ਫੇਰ ਬਦਲ ਹੈ ਜਿਹੜੇ ਚਾਰ ਮੰਤਰੀ ਆਪਣੇ ਮੌਜੂਦਾ ਅਹੁਦਿਆਂ ਉੱਤੇ ਬਣੇ ਰਹਿਣਗੇ ਉਹਨਾਂ ਵਿੱਚ ਡਿਪਟੀ ਪ੍ਰਧਾਨ ਮੰਤਰੀ ਤੇ ਵਿੱਤ ਮੰਤਰੀ ਕ੍ਰਿਸਟਿਆ ਫਰੀਲੈਂਡ ਇਨੋਵੇਸ਼ਨ ਸਾਇੰਸ ਐਂਡ ਇੰਡਸਟਰੀ ਮੰਤਰੀ ਫ੍ਰੈਂਕ ਕੋਇਸ ਫਿਲਪ ਚੈਂਪੇਨ ਵਿਦੇਸ਼ ਮੰਤਰੀ ਮਿਲੇਨ ਜ਼ੋਲੀ ਤੇ এনवायरमेंट ਐਂਡ ਕਲਾਈਮੇਟ ਚੇਂਜ ਮੰਤਰੀ ਸਟੀਵਨ ਗਿਲਵਰਟ ਸ਼ਾਮਲ ਨੇ ਇਹ ਵੀ ਪਤਾ ਲੱਗਿਆ ਹੈ ਕਿ ਰੱਖਿਆ ਮੰਤਰੀ ਅਨੀਤਾ ਆਨੰਦ ਨੂੰ ਖਜ਼ਾਨਾ ਬੋਰਡ ਵਿੱਚ ਅਰਥਚਾਰੇ ਨਾਲ ਸੰਬੰਧਿਤ ਨਵਾਂ ਮੰਤਰੀ ਕਾਲਾ ਦਿੱਤਾ ਜਾ ਰਿਹਾ ਇਸ ਨਾਲ ਸਪਸ਼ਟ ਹੋ ਗਿਆ ਹੈ ਕਿ ਰੱਖਿਆ ਮੰਤਰੀ ਦੀ ਭੂਮਿਕਾ ਬਲੇਅਰ ਨੂੰ ਮਿਲ ਸਕਦੀ ਹੈ ਆਪਣੇ ਉਮਰ ਦਰਾਜ਼ ਹੋ ਚੁੱਕੇ ਪੋਲਰਿਸ ਟ੍ਰਾਂਸਪੋਰਟ ਜਹਾਜ਼ ਨੂੰ ਬਦਲਣ ਦੇ ਲਈ ਫੈਡਰਲ ਸਰਕਾਰ ਵੱਲੋਂ ਯੂਰੋਪੀਅਨ ਐਵੀਏਸ਼ਨ ਕੰਪਨੀ 에ਅਰਬਸ ਦੇ ਨਾਲ 3.6 ਬਿਲੀਅਨ ਡਾਲਰ ਦਾ ਕੰਟਰੈਕਟ ਕੀਤਾ ਗਿਆ ਹੈ ਇਹਨਾਂ ਵਿੱਚੋਂ ਇੱਕ ਜਹਾਜ਼ ਦੀ ਵਰਤੋਂ ਸਰਕਾਰ ਦੇ ਆਲਾ ਅਧਿਕਾਰੀਆਂ ਜਿਨ੍ਹਾਂ ਵਿੱਚ ਪ੍ਰਧਾਨ ਮੰਤਰੀ ਤੇ ਗਵਰਨਰ ਜਨਰਲ ਵੀ ਸ਼ਾਮਲ ਨੇ ਵੱਲੋਂ ਕੀਤੀ ਜਾਂਦੀ ਹੈ ਵੀਆਈਪੀ ਸੇਵਾਵਾਂ ਤੋਂ ਇਲਾਵਾ ਰਾਇਲ ਕੈਨੇਡੀਅਨ 에ਅਰ ਫੋਰਸ ਵੱਲੋਂ ਇਹਨਾਂ ਜਹਾਜ਼ਾਂ ਦੀ ਵਰਤੋਂ ਹਵਾ ਤੋਂ ਹਵਾ ਵਿੱਚ ਰਿਫਿਊਲ ਕਰਨ ਤੇ ਕਰਮਚਾਰੀਆਂ ਨੂੰ ਟ੍ਰਾਂਸਪੋਰਟ ਕਰਨ ਦੇ ਲਈ ਕੀਤੀ ਜਾਂਦੀ ਹੈ ਪੰਜ ਜਹਾਜ਼ਾਂ ਦੇ ਇਸ ਫਲੀਟ ਨੂੰ 1992 ਤੋਂ ਆਰਸੀਏਐਫ 437 ਟ੍ਰਾਂਸਪੋਰਟ ਸਕਵਾਡਨ ਵੱਲੋਂ ਉਡਾਇਆ ਜਾ ਰਿਹਾ ਹੈ ਇਹਨਾਂ ਜਹਾਜ਼ਾਂ ਦੀ ਮਿਆਦ 2027 ਵਿੱਚ ਮੁੱਕਣ ਜਾ ਰਹੀ ਹੈ ਸਰਕਾਰੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹਨਾਂ ਆਜ਼ਾਦੀ ਮਯਾਦ ਵਿੱਚ ਇਸ ਤੋਂ ਜ਼ਿਆਦਾ ਵਾਅਦਾ ਕਰਨਾ ਨਿਤ ਬਦਲ ਰਹੀ ਟੈਕਨੋਲੋਜੀ ਕਾਰਨ ਸੰਭਵ ਨਹੀਂ ਹੈ ਜਹਾਜ਼ਾਂ ਦੇ ਨਵੇਂ ਫਲੀਟ ਨੂੰ ਸੀਸੀ 330 ਹਸਕੀ ਦਾ ਨਾਮ ਦਿੱਤਾ ਗਿਆ ਹੈ ਇਹਨਾਂ ਵਿੱਚ 4 ਨਵੇਂ ਜਹਾਜ਼ਾਂ ਨੂੰ 5 ਵਰਤੇ ਹੋਏ ਜਹਾਜ਼ਾਂ ਨੂੰ ਸ਼ਾਮਲ ਕੀਤਾ ਜਾਏਗਾ ਜਿਨ੍ਹਾਂ ਦੀ ਸਮਰੱਥਾ ਨਵਿਆਂ ਜਿੰਨੀ ਹੀ ਹੋਏਗੀ ਵਰਤੇ ਹੋਏ ਜਹਾਜ਼ਾਂ ਨੂੰ ਸਰਕਾਰ ਵੱਲੋਂ ਕਵੇਤ ਦੀ ਕੰਪਨੀ ਤੋਂ ਖਰੀਦਿਆ ਜਾ ਰਿਹਾ ਹੈ ਇਨ੍ਹਾਂ ਵਿੱਚ ਦੋ ਤਾਂ ਇਸ ਸਾਲ ਦੇ ਅੰਤ ਤੱਕ ਉਟਾਵਾ ਇੰਟਰਨੈਸ਼ਨਲ 에ਅਰਪੋਰਟ ਤੋਂ ਉਡਾਣ ਭਰਨੀ ਸ਼ੁਰੂ ਕਰ ਦੇਣਗੇ ਇੱਕ ਨੂੰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਮੌਜੂਦਾ ਜਹਾਜ਼ ਵਰਗਾ ਰੰਗ ਰੂਪ ਦਿੱਤਾ ਜਾਏਗਾ ਤੇ ਇਸ ਜਹਾਜ਼ ਦੇ ਗਰਮੀਆਂ ਵਿੱਚ ਹੀ ਮਿਲ ਜਾਣ ਦੀ ਸੰਭਾਵਨਾ ਹੈ ਦੋ ਯੂਜ਼ਡ ਜਹਾਜ਼ ਪਿਛਲੇ ਜੂਨ ਵਿੱਚ 102 ਬਿਲੀਅਨ ਅਮਰੀਕੀ ਡਾਲਰ ਦੇ ਖਰੀਦੇ ਗਏ ਤੇ ਬਾਕੀ ਤਿੰਨ ਇਸ ਮਹੀਨੇ 150 ਮਿਲੀਅਨ ਅਮਰੀਕੀ ਡਾਲਰ ਦੇ ਖਰੀਦੇ ਗਏ ਨੇ ਕੈਨੇਡਾ ਤੋਂ ਦੁਖਦਾਈ ਖਬਰ ਸਾਹਮਣੇ ਆਈ ਹੈ ਕੈਨੇਡਾ ਦੇ ਸੂਬੇ ਅਨਟਾਰੀਓ ਦੇ ਬੈਰੀ ਸ਼ਹਿਰ ਵਿੱਚ ਇੱਕ ਕਾਰ ਹਾਦਸੇ ਵਿੱਚ ਭਾਰਤੀ ਮੂਲ ਦੇ ਗੁਜਰਾਤ ਸੂਬੇ ਦੇ ਅਹਮਦਾਬਾਦ ਦੇ ਨਾਲ ਵਿਸ਼ੋਕੜ ਰੱਖਣ ਵਾਲੇ 19 ਸਾਲਾ ਨੌਜਵਾਨ ਵਰਸੇਲ ਪਟੇਲ ਦੀ ਮੌਤ ਹੋ ਗਈ ਵਰਸੇਲ ਪਟੇਲ ਭਾਰਤ ਤੋਂ ਉਚੇਰੀ ਸਿੱਖਿਆ ਲਈ ਕੈਨੇਡਾ ਗਿਆ ਸੀ ਜਿੱਥੇ ਉਹ ਸੜਕ ਹਾਦਸੇ ਦਾ ਸ਼ਿਕਾਰ ਹੋ ਗਿਆ ਦੋਸਤਾਂ ਨੇ ਗੋ ਫੰਡਮੀ ਵੈੱਬਸਾਈਟ ਦੁਆਰਾ ਉਸ ਤਿਲਾਸ਼ ਭੇਜਣ ਦੇ ਲਈ ਫੰਡਿੰਗ ਸ਼ੁਰੂ ਕਰ ਦਿੱਤੀ ਹੈ ਕਿਉਂਕਿ ਵਰਸੇਲ ਪਟੇਲ ਦੀ ਲਾਸ਼ ਨੂੰ ਭਾਰਤ ਲਿਆਉਣ ਦੇ ਲਈ 30000 ڈالر ਦੇ ਕਰੀਬ ਦਾ ਖਰਚਾ ਆਏਗਾ ਹੁਣ ਤੱਕ ਲਗਭਗ 21000 ڈالر ਇਕੱਠੇ ਹੋ ਚੁੱਕੇ ਨੇ ਉਸਤੇ ਦੋਸਤਨ ਰਾਜਨ ਪਟੇਲ ਨੇ ਵਰਸੇਲ ਪਟੇਲ ਦੀ লাশ ਗੁਜਰਾਤ ਵਿੱਚ ਭੇਜਣ ਦੇ ਲਈ ਸੋਸ਼ਲ ਮੀਡੀਆ ਤੇ ਵੀ ਭਾਰਤੀ ਮੂਲ ਦੇ ਲੋਕਾਂ ਨੂੰ ਖੁੱਲੇ ਦਿਲ ਨਾਲ ਦਾਨ ਕਰਨ ਦੀ ਅਪੀਲ ਕੀਤੀ ਹੈ ਤਾਂ ਜੋ ਵਰਸੇਲ ਪਟੇਲ ਦਾ ਪਰਿਵਾਰ ਆਪਣੇ ਪੁੱਤਰ ਦਾ ਚਿਹਰਾ ਦੇਖ ਸਕੇ ਤੇ ਉਸ ਦਾ ਅੰਤਿਮ ਸੰਸਕਾਰ ਉਸ ਦੀ ਜਨਮ ਭੂਮੀ ਤੇ ਕੀਤਾ ਜਾ ਸਕੇ ਦੁਨੀਆ ਭਰ ਵਿੱਚ ਕਈ ਬਿਲੀਅਨ ਲੋਕਾਂ ਲਈ ਚੌਲ ਰੋਜ਼ਾਨਾ ਵਰਤੋ ਵਿੱਚ ਆਉਣ ਵਾਲਾ ਭੋਜਨ ਹੈ ਪਰ ਭਾਰਤ ਵੱਲੋਂ ਗੈਰ ਬਾਸਮਤੀ ਚੌਲਾਂ ਤੇ ਉਹਨਾਂ ਤੋਂ ਤਿਆਰ ਉਤਪਾਦਾਂ ਦੇ ਐਕਸਪੋਰਟ ਉੱਤੇ ਬੈਨ ਲਾ ਦਿੱਤੇ ਜਾਣ ਨਾਲ ਲੋਕਾਂ ਦੇ ਮਨਾਂ ਵਿੱਚ ਅਜੀਬ ਕਿਸਮ ਦਾ ਡਰ ਬੈਠ ਗਿਆ ਹੈ ਲੋਕਾਂ ਨੇ ਤੇਜ਼ੀ ਨਾਲ ਸਟੋਰਾਂ ਵਿੱਚ ਪਹੁੰਚ ਕੇ ਧੜਾ-ਧੜਾ ਚੌਲ ਖਰੀਦਣੇ ਸ਼ੁਰੂ ਕਰ ਦਿੱਤੇ ਨੇ ਟੋਰਾਂਟੋ ਸਾਊਥ ਏਸ਼ੀਅਨ ਸਟੋਰ ਦਾ ਕਹਿਣਾ ਹੈ ਕਿ ਕੁਝ ਦਿਨ ਵਿੱਚ ਹੀ ਚੌਲਾਂ ਦੀ ਵਿਕਰੀ ਕਾਫੀ ਵੱਧ ਗਈ ਹੈ ਮਿਸ ਸਾਗਾ ਦੇ ਇਕਮਾਲ ਹalal ਫੂਡਸ ਦੇ ਜਨਰਲ ਮੈਨੇਜਰ ਸਲਾਮ ਹਸਨ ਨੇ ਦੱਸਿਆ ਹੈ ਕਿ ਖਰੀਦਦਾਰੀ ਕਬਰਾਹਟ ਵਿੱਚ ਆ ਕੇ ਕੀਤੀ ਜਾ ਰਹੀ ਹੈ। ਉਹਨਾਂ ਨੇ ਦੱਸਿਆ ਕਿ ਜਿਹੜਾ ਸਟਾਕ ਤਿੰਨ ਜਾਂ 4 ਹਫ਼ਤਿਆਂ ਵਿੱਚ ਵਿਕਦਾ ਸੀ ਉਹ 2 ਦਿਨਾਂ ਵਿੱਚ ਵਿਕ ਗਿਆ ਹੈ। ਹਸਨ ਨੇ ਦੱਸਿਆ ਹੈ ਕਿ ਥੋੜੇ ਸਮੇਂ ਲਈ ਮਸ਼ਹੂਰ ਸਾਊਥ ਏਸ਼ੀਅਨ ਗਰੋਸਰੀ ਸਟੋਰ ਵੱਲੋਂ ਕੁਝ ਪਾਬੰਦੀਆਂ ਲਾ ਦਿੱਤੀਆਂ ਗਈਆਂ ਨੇ। ਤੇ ਹਰ ਪਰਿਵਾਰ ਨੂੰ ਚੌਲਾਂ ਦਾ ਇੱਕ ਬੈਗ ਖਰੀਦਣ ਦੀ ਆਗਿਆ ਦਿੱਤੀ ਜਾ ਰਹੀ ਹੈ ਪਿਛਲੇ ਸਾਲ ਵੀ ਭਾਰਤ ਵੱਲੋਂ ਇਸ ਤਰ੍ਹਾਂ ਦੀ ਪਾਬੰਦੀ ਲਾਈ ਗਈ ਸੀ ਜਿਹੜੀ ਇੱਕ ਮਹੀਨਾ ਚੱਲਦੀ ਸੀ ਜੇ ਕਿਸੇ ਨੂੰ ਲੱਗਦਾ ਹੈ ਕਿ ਇੱਕ ਮਹੀਨੇ ਲਈ ਕਿਸੇ ਖਾਸ ਆਈਟਮ ਉੱਤੇ ਪਾਬੰਦੀ ਲਾ ਦਿੱਤੀ ਜਾਂਦੀ ਹੈ ਤਾਂ ਸਮੁੰਦਰ ਵਿੱਚ ਪਹਿਲਾਂ ਤੋਂ ਹੀ ਕਈ ਕੰਟੇਨਰ ਹੁੰਦੇ ਨੇ ਜਿਹੜੇ ਸਾਡੇ ਕੋਲ ਆ ਰਹੇ ਹੁੰਦੇ ਨੇ ਦੂਜੇ ਪਾਸੇ ਭਾਰਤ ਦੀ ਮਿਨਿਸਟਰੀ ਆਫ ਕੰਜ਼ਿਊਮਰ ਅਫੇਅਰਸ ਦਾ ਕਹਿਣਾ ਹੈ ਕਿ ਇਹ ਪਾਬੰਦੀ ਭਾਰਤੀ ਮਾਰਕੀਟ ਵਿੱਚ ਗੈਰ ਬਾਸਮਤੀ ਚਿੱਟੇ ਚੌਲਾਂ ਦੀ ਉਪਲਬਧਤਾ ਨੂੰ ਯਕੀਨੀ ਬਣਾਉਣ ਤੇ ਘਰੇਲੂ ਮਾਰਕੀਟ ਵਿੱਚ ਚੌਲਾਂ ਦੀਆਂ ਕੀਮਤਾਂ ਨੂੰ ਘਟਾਉਣ ਵਾਸਤੇ ਲਾਈ ਗਈ ਹੈ ਅਜੇ ਤੱਕ ਇਹ ਸਪਸ਼ਟ ਨਹੀਂ ਹੋ ਸਕਿਆ ਹੈ ਕਿ ਇਹ ਪਾਬੰਦੀ ਕਿੰਨੀ ਦੇਰ ਤੱਕ ਲਾਈ ਗਈ ਹੈ ਪਰ ਵਾਇਰਾਂ ਦਾ ਕਹਿਣਾ ਹੈ ਕਿ ਇਸ ਨਾਲ ਗਲੋਬਲ ਪੱਧਰ ਉੱਤੇ ਖਾਂਡ ਪਿੰਡੀਆਂ ਵਸਤਾਂ ਦੀਆਂ ਕੀਮਤਾਂ ਵਿੱਚ ਵਾਧਾ ਹੋ ਸਕਦਾ ਹੈ। ਗਰਮੀਆਂ ਦੇ ਇਸ ਮੌਸਮ ਦੇ ਵਿੱਚ ਲੋਕ ਛੁੱਟੀਆਂ ਮਨਾ ਰਹੇ ਨੇ ਤੇ ਅਜਿਹੇ ਵਿੱਚ অন্ਟਾਰੀਓ ਵਾਸੀਆਂ ਨੂੰ ਦੋ ਜ਼ਿਮਨੀ ਚੋਣਾਂ ਦਾ ਸਾਹਮਣਾ ਕਰਨਾ ਹੋਵੇਗਾ। ਵੀਰਵਾਰ ਨੂੰ ਹੋਣ ਜਾ ਰਹੀਆਂ ਟ੍ਰਾਂਟੋ ਦੇ ਸਕਾਰbro ਗਿਲਡਵੁੱਡ ਤੇ ਉਟਾਵਾ ਏਰੀਆ ਦੇ ਕਨਾਟਾ ਕਾਲਟਨ ਇਲਾਕੇ ਦੀਆਂ ਜ਼ਿਮਨੀ ਚੋਣਾਂ ਵਿੱਚ ਵਾਦਤਵਾਦ ਲੋਕਸ਼ਮੂਲੀਅਤ ਕਰਨ ਇਸ ਦਾ ਪੂਰਾ ਹਿਸਾਬ ਉਮੀਦਵਾਰਾਂ ਵੱਲੋਂ ਰੱਖਿਆ ਜਾ ਰਿਹਾ ਹੈ। ਸਕਾਰbro ਗਿਲਡਵੁੱਡ ਤੋਂ ਐਨਡੀਪੀ ਉਮੀਦਵਾਰ ਥੜਾਸਾ ਨਵਨੀਥਾਨ ਨੇ ਦੱਸਿਆ ਕਿ ਜਦੋਂ ਉਹਨਾਂ ਵੱਲੋਂ ਡੋਰ ਨੌਕਿੰਗ ਸ਼ੁਰੂ ਕੀਤੀ ਗਈ ਤਾਂ ਲੋਕਾਂ ਨੇ ਆਖਿਆ ਕਿ ਉਹ ਤਾਂ ਅਜੇ ਹੁਣੇ ਚੋਣਾਂ ਵਿੱਚ ਹਿੱਸਾ ਲੈ ਕੇ ਹਟੇ ਜਹਨ ਜਾਂ ਕਈਆਂ ਨੇ ਆਖਿਆ ਕਿ ਉਹ ਵੋਟ ਕਰ ਚੁੱਕੇ ਨੇ ਲੋਕਾਂ ਵਿੱਚ ਭੰਬਲ ਪੁੱਸਾ ਪਿਆ ਹੈ ਪਰ ਪਿਛਲੇ ਦੋ ਹਫ਼ਤਿਆਂ ਤੋਂ ਲੋਕਾਂ ਨੂੰ ਸਮਝ ਆ ਚੁੱਕੀ ਹੈ ਕਿ ਜਿੰਨੀ ਚੋਣਾਂ ਹੋਣ ਜਾ ਰਹੀਆਂ ਨੇ ਪਿਛਲੇ ਮਹੀਨੇ ਵੀ ਅਜੇ ਟੋਰਾਂਟੋ ਵਾਸੀ ਮੇਅਰ ਦੇ ਅਹੁਦੇ ਲਈ ਹੋਈਆਂ ਚੋਣਾਂ ਵਿੱਚ ਹਿੱਸਾ ਲੈ ਕੇ ਹਟੇ ਨੇ ਮੇਅਰ ਦੇ ਅਹੁਦੇ ਦੀਆਂ ਚੋਣਾਂ ਜਨਰਲ ਮਿਊਨਿਸਪਲ ਚੋਣਾਂ ਤੋਂ ਅਜੇ 8 ਮਹੀਨਾ ਪਹਿਲਾਂ ਹੋਈਆਂ ਸਨ ਉਸ ਤੋਂ 13 ਮਹੀਨੇ ਪਹਿਲਾਂ ਪਿਛਲੀਆਂ ਪ੍ਰੋਵਿੰਸ਼ੀਅਲ ਚ ਸੋ ਚੋਣਾਂ ਦਾ ਇਹ ਸਿਲਸਿਲਾ ਮੁੱਕਣ ਦਾ ਨਾਮ ਨਹੀਂ ਲੈ ਰਿਹਾ ਯੂਨੀਵਰਸਿਟੀ ਆਫ ਓਟਾਵਾ ਦੇ ਪੋਲਿਟੀਕਲ ਸਾਇੰਸ ਦੇ ਪ੍ਰੋਫੈਸਰ ਜਿਨੇ ਵੀਵ ਨੇ ਕਿਹਾ ਹੈ ਕਿ ਇੱਕੋ ਵੇਲੇ ਦੋ ਜ਼ਿਮਨੀ ਚੋਣਾਂ ਕਰਵਾਉਣਾ ਲਿਬਰਲਾਂ ਲਈ ਕਾਫੀ ਚੁਣੌਤੀ ਭਰਿਆ ਕੰਮ ਰਹੇਗਾ ਪਰ ਇਸ ਦੇ ਨਾਲ ਹੀ ਸਾਰੀਆਂ ਪਾਰਟੀਆਂ ਲਈ ਵੀ ਇਹ ਵੱਡੀ ਸਿਰਦਰਦੀ ਹੋਏਗੀ ਚੋਣਾਂ ਕਰਵਾਉਣ ਦੇ ਲਈ ਜੁਲਾਈ ਦੇ ਅੰਤ ਦੀ ਚੋਣ ਕਰਨਾ ਕਾਫੀ ਮਾੜਾ ਸਮਾਂ ਹੁੰਦਾ ਹੈ ਲੋਕ ਛੁੱਟੀਆਂ ਮਨਾਉਣ ਗਏ ਹੋਣਗੇ ਇਸ ਤੋਂ ਪਹਿਲਾਂ ਪਿਛਲੀਆਂ ਜਰਨਲ ਚੋਣਾਂ ਵੀ ਲੋਕਾਂ ਦੀ ਸ਼ਮੂਲੀਅਤ ਪਹਿਲਾਂ ਹੀ ਘਟ ਰਹੀ ਸੀ ਟੋਰਾਂਟੋ ਦੇ ਮੇਅਰ ਦੇ ਅਹੁਦੇ ਦੀ ਦੌੜ ਵਿੱਚ ਸ਼ਾਮਲ ਹੋਣ ਦੇ ਲਈ ਲਿਬਰਲ ਆਗੂ ਮਿਤਜ਼ੀ ਹੰਟਰ ਨੇ ਸਕਾਰਬਰੋ ਗਿਲ ਡਵੁੱਡ ਦੀ ਆਪਣੀ ਸੀਟ ਤੋਂ ਅਸਤੀਫਾ ਦੇ ਦਿੱਤਾ ਸੀ ਕਨਾਟਾ ਕਾਲਟਨ ਸੀਟ ਮਾਰਚ ਵਿੱਚ ਪ੍ਰੋਗਰੈਸਿਵ ਕਨਜ਼ਰਵੇਟਿਵ ਕੈਬਨਟ ਮੰਤਰੀ ਮੈਰੀਲੀ ਵਲੋ ਅਚਾਨਕ ਅਸਤੀਫਾ ਦੇ ਦਿੱਤੇ ਜਾਣਕਾਰਨ ਖਾਲੀ ਹੋਈ ਸੀ ਸੋੰਬਰ ਰਾਤ ਨੂੰ ਬ੍ਰੈਮਟਨ ਦੇ ਇੱਕ ਘਰ ਦੇ ਸਾਹਮਣੇ ਵਾਲੇ ਦਰਵਾਜ਼ੇ ਦੇ ਬਾਹਰ ਇੱਕ ਵਿਅਕਤੀ ਦੇ ਗੋਲੀ ਮਾਰ ਕੇ ਕੀਤੇ ਗਏ ਕਤਲ ਤੋਂ ਬਾਅਦ ਪੁਲਿਸ مشਕੂਕਾਂ ਦੀ ਭਾਲ ਕਰ ਰਹੀ ਹੈ ਪੀਲ ਅਰੀਜਨਲ ਪੁਲਿਸ ਦੇ ਅਧਿਕਾਰੀਆਂ ਨੂੰ ਰਾਤੀ 10:20 ਮਿੰਟ ਦੇ ਨੇੜੇ ਤੇੜੇ ਚਿੰਗਵਾਕਸੇ ਰੋਡ ਤੇ ਕুইਨਸ ਸਟਰੀਟ ਏਰੀਆ ਵਿੱਚ ਪੈਰਿਟੀ ਰੋਡ ਤੇ ਅਰਜ਼ੀਲਿਆ ਰੀਸੈਂਟ ਨੇੜੇ ਸਥਿਤਿਕ ਘਰ ਵਿੱਚ ਸੱਦਿਆ ਗਿਆ ਇੱਕ ਵਿਅਕਤੀ ਜੋ ਕਿ ਆਪਣੇ 60ਵਿਆਂ ਵਿੱਚ ਸੀ ਉਸ ਘਰ ਦੇ ਬਾਹਰ ਜ਼ਖਮੀ ਹਾਲਤ ਵਿੱਚ ਮਿਲਿਆ ਤੇ ਉਸ ਨੂੰ ਮੌਕੇ ਉੱਤੇ ਹੀ ਮ੍ਰਿਤਕ ਐਲਾਨ ਦਿੱਤਾ ਗਿਆ ਪੁਲਿਸ ਨੇ ਦੱਸਿਆ ਕਿ ਇਸ ਵਿਅਕਤੀ ਨੂੰ ਘਰ ਦੇ ਦਰਵਾਜ਼ੇ ਦੇ ਵਿੱਚ ਹੀ ਮ੍ਰਿਤਕ ਪਾਇਆ ਗਿਆ ਤੇ ਬਹੁਤ ਹੀ ਸੰਭਾਵਨਾ ਹੈ ਕਿ ਦਰਵਾਜ਼ਾ ਖੜਕਾਏ ਜਾਣ ਮਗਰੋਂ ਉਸ ਨੇ ਬੂਹਾ ਖੋਲਿਆ ਹੋਵੇਗਾ ਜਵੇਂ ਉਹ ਵਿਅਕਤੀ ਨੇ ਦਰਵਾਜ਼ਾ ਖੋਲ੍ਹਿਆ ਹੋਵੇਗਾ ਤੇਵੇਂ ਹੀ مشکوک ਜਾਂ مشکوਕਾਂ ਵੱਲੋਂ ਗੋਲੀ ਚਲਾ ਦਿੱਤੀ ਹੋਏਗੀ ਚਸ਼ਮਦੀਦਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਚਾਰ ਗੋਲੀਆਂ ਚੱਲਣ ਦੀਆਂ ਆਵਾਜ਼ਾਂ ਆਈਆਂ ਫਿਰ ਇੱਕ ਮਹਿਲਾ ਦੇ ਚੀਕਣ ਦੀ ਆਵਾਜ਼ ਆਈ ਇਹ ਮਹਿਲਾ ਉਸ ਵਿਅਕਤੀ ਦੀ ਪਰਿਵਾਰਕ ਮੈਂਬਰ ਹੀ ਸੀ ਜਿਸਨੂੰ ਗੋਲੀ ਮਾਰੀ ਗਈ ਤੇ ਇਸ ਘਟਨਾ ਸਮੇਂ ਉਹ ਵੀ ਕਰਦੇ ਅੰਦਰ ਹੀ ਹੋਏਗੀ ਜਦੋਂ ਗੋਲੀਆਂ ਚਲਾਈਆਂ ਗਈਆਂ ਜਾਂਚਕਾਰਾਂ ਨੇ ਦੱਸਿਆ ਕਿ مشکوਕਾਂ ਨੂੰ ਇਲਾਕੇ ਵਿੱਚ ਗੱਡੀ ਉੱਤੇ ਸਵਾਰ ਹੋ ਕੇ ਫਰਾਰ ਹੁੰਦਿਆਂ ਵੇਖਿਆ ਗਿਆ ਨਾਤਾ ਗੱਡੀ ਤੇ ਨਾ ਹੀ مشکوਕਾਂ ਸੰਬੰਧੀ ਕੋਈ ਵੇਰਵਾ ਪੁਲਿਸ ਵੱਲੋਂ ਜਾਰੀ ਕੀਤਾ ਗਿਆ ਹੈ ਟੋਰਾਂਟੋ ਮਾਸ ਪਾਰਕ ਨੇੜੇ ਦਿਨ ਦਿਹਾੜੇ ਚੱਲੀ ਗੋਲੀ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ ਇਸ ਵਿਅਕਤੀ ਨੂੰ ਉਸਦੀ ਗੱਡੀ ਵਿੱਚ ਬੈਠ ਕੇ ਹੀ ਗੋਲੀ ਮਾਰੀ ਗਈ ਮੰਗਲਵਾਰ ਨੂੰ ਦੁਪਹਿਰ 12:14 ਮਿੰਟ ਤੇ ਨੇੜੇ ਤੇੜੇ ਸ਼ਟਰ ਤੇ ਸ਼ੇਰਬਨ ਸਟ੍ਰੀਟਸ ਇਲਾਕੇ ਵਿੱਚ ਪੁਲਿਸ ਨੂੰ ਸੱਦਿਆ ਗਿਆ ਮੌਕੇ ਉੱਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਿਊਟੀ ਇੰਸਪੈਕਟਰ ਪੀਟਰ ਨੇ ਦੱਸਿਆ ਕਿ ਪਾਰਕਿੰਗ ਲੋਟ ਵਿੱਚ ਗੋਲੀ ਚੱਲਣ ਦੀ ਆਵਾਜ਼ ਤੋਂ ਬਾਅਦ ਇੱਕ ਵਿਅਕਤੀ ਨੇ ਪੁਲਿਸ ਅਧਿਕਾਰੀਆਂ ਤੱਕ ਪਹੁੰਚ ਕੀਤੀ ਇੰਸਪੈਕਟਰ ਵੈਵੀ ਨੇ ਦੱਸਿਆ ਕਿ ਪੁਲਿਸ ਨੂੰ ਇੱਕ ਵਿਅਕਤੀ ਗੱਡੀ ਵਿੱਚ ਹੀ ਗੋਲੀ ਲੱਗਣ ਕਾਰਨ ਜ਼ਖਮੀ ਹਾਲਤ ਵਿੱਚ ਮਿਲਿਆ ਮੌਕੇ ਉੱਤੇ ਹੀ ਉਸਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਜਾਂਚਕਰਨਾਂ ਦਾ ਮੰਨਣਾ ਹੈ ਕਿ ਇਸ ਵਿਅਕਤੀ ਨੂੰ ਪੂਰੀ ਪਲੈਨਿੰਗ ਨਾਲ ਨਿਸ਼ਾਨਾ ਬਣਾਇਆ ਗਿਆ ਪੁਲਿਸ ਤਾਂ ਇਹ ਵੀ ਮੰਨਣਾ ਹੈ ਕਿ ਮਾਰਿਆ ਗਿਆ ਵਿਅਕਤੀ ਤੇ مشਕੂਕ ਇੱਕ ਦੂਜੇ ਨੂੰ ਜਾਣਦੇ ਸੀ ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਜਦੋਂ ਇਸ ਵਿਅਕਤੀ ਨੂੰ ਗੋਲੀ ਮਾਰੀ ਗਈ ਤਾਂ ਮਾਰੇ ਗਏ ਵਿਅਕਤੀ ਦੇ ਨਾਲ ਗੱਡੀ ਵਿੱਚ ਕੋਈ ਹੋਰ ਵੀ ਸਵਾਰ ਸੀ ਜਾਂ ਨਹੀਂ ਅਜੇ ਤੱਕ مشਕੂਕ ਸੰਬੰਧੀ ਕੋਈ ਜਾਣਕਾਰੀ ਨਹੀਂ ਜਾਰੀ ਕੀਤੀ ਗਈ ਹੈ ਆਪਣੇ ਬਜਟ ਸੰਬੰਧੀ ਕਟਿਆਂ ਨੂੰ ਪੂਰਾ ਕਰਨ ਦੇ ਲਈ ਸਿਟੀ ਆਫ ਟ੍ਰਾਂਟੋ ਵੱਲੋਂ ਫੈਡਰਲ ਸਰਕਾਰ ਤੋਂ ਮੰਗੀ ਗਈ مالی ਮਦਦ ਤੋਂ ਬਾਅਦ ਡਿਪਟੀ ਪ੍ਰਧਾਨ ਮੰਤਰੀ ਕੈਸਟਰੀਆ ਫਰੀਲੈਂਡ ਨੇ ਆਖਿਆ ਕਿ ਅੰਟੋਰੀਓ ਪ੍ਰੋਵਿੰਸ ਨੂੰ ਸਿਟੀ ਆਫ ਟ੍ਰਾਂਟੋ ਲਈ ਵਧੇਰੇ ਯੋਗਦਾਨ ਪਾਉਣਾ ਚਾਹੀਦਾ ਹੈ 12 ਜੁਲਾਈ ਨੂੰ ਅਹੁਦਾ ਸਾਂਭਣ ਵਾਲੀ ਟ੍ਰਾਂਟੋ ਦੀ ਨਵੀਂ ਮੇਅਰ 올ਿਵਿਆ ਚਾਓ ਨੇ ਆਖਿਆ ਕਿ ਸ਼ਹਿਰ ਵਿੱਚ ਸ਼ੈਲਟਰ ਬੈਡਸ ਦੀ ਘਾਟ ਦਾ ਸੰਕਟ ਖੜਾ ਹੋਇਆ ਪਿਆ ਹੈ ਕਈ ਹਫ਼ਤਿਆਂ ਤੋਂ ਪਨਾਹ ਲੈਣ ਦੇ ਚਾਹਵਾਨ ਦਰਜਨਾਂ ਲੋਕ ਸਿਟੀ ਦੇ ਸ਼ੈਲਟਰ ਹੋਮਸ ਦੇ ਬਾਹਰ ਸੌਣ ਦੇ ਲਈ ਮਜਬੂਰ ਨੇ ਇਸ ਲਈ ਨਿਊ ਕਮਰਜ਼ ਨੂੰ ਸਿਰ ਉੱਤੇ ਛੱਤ ਭਈਆ ਕਰਵਾਉਣ ਲਈ ਸਿਟੀ ਆਫ ਟ੍ਰਾਂਟੋ ਵੱਲੋਂ ਫੈਡਰਲ ਸਰਕਾਰ ਤੋਂ ਮਾਲੀ ਮਦਦ ਦੀ ਮੰਗ ਕੀਤੀ ਗਈ ਸੀ ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਟ੍ਰਾਂਟੋ ਨੂੰ ਇਸ ਸਮੇਂ 1 ਬਿਲੀਅਨ ਦੇ ਨੇੜੇ ਤੇੜੇ ਬਜਟ ਦੀ ਘਾਟ ਦੀ ਸਮੱਸਿਆ ਨਾਲ ਵੀ ਯੋਜਨਾ ਪੈ ਰਿਹਾ ਹੈ ਸਿਟੀ ਦੀ ਵੈਬਸਾਈਟ ਉੱਤੇ ਇੱਕ ਅਜਿਹਾ ਪੇਜ ਹੈ ਜਿਸ ਉੱਤੇ ਰੈਜ਼ੀਡੈਂਟ ਨੂੰ ਆਖਿਆ ਗਿਆ ਹੈ ਕਿ ਉਹ ਆਪਣੇ ਐਮਪੀਜ਼ ਉੱਤੇ ਦਬਾਅ ਪਾਉਣ ਤਾਂ ਕਿ ਫੈਡਰਲ ਸਰਕਾਰ ਮਹਾਮਾਰੀ ਕਾਰਨ ਪੈਦਾ ਹੋਈ ਅਜਿਹੀ ਸਥਿਤੀ ਨਾਲ ਨਜਿੱਠਣ ਲਈ ਉਹਨਾਂ ਦੀ ਵਧੇਰੇ ਵਿੱਤੀ ਮਦਦ ਕਰ ਸਕੇ ਵੈੱਬਸਾਈਟ ਉੱਤੇ ਇਹ ਵੀ ਆਖਿਆ ਗਿਆ ਹੈ ਕਿ ਫੈਡਰਲ ਸਰਕਾਰ ਦੀ ਮਦਦ ਤੋਂ ਬਿਨਾਂ ਪਵਿਕ ਵਿੱਚ ਫਰੰਟ ਲਾਈਨ ਸਰਵਿਸਿਜ਼ ਲਈ ਸਿਟੀ ਦੀ ਫੰਡਿੰਗ ਪ੍ਰਭਾਵਿਤ ਹੋਏਗੀ ਸੋਮਵਾਰ ਨੂੰ ਚਾਓ ਨੂੰ ਲਿਖੇ ਪੱਤਰ ਵਿੱਚ ਫਰੀ ਲੈਂਡ ਨੇ ਆਖਿਆ ਕਿ ਡਿਪਟੀ ਪ੍ਰਧਾਨ ਮੰਤਰੀ ਤੇ ਵਿੱਤ ਮੰਤਰੀ ਹੋਣ ਤੋਂ ਇਲਾਵਾ ਟ੍ਰਾਂਟੋ ਦੀ ਨੁਮਾਇੰਦਗੀ ਕਰਨ ਵਾਲੀ ਐਮਪੀ ਹੋਣ ਵਜੋਂ ਉਹ ਸਮਝਦੀ ਹੈ ਕਿ ਇਸ ਸਮੇਂ ਸਿਟੀ ਆਫ ਟ੍ਰਾਂਟੋ ਮੁਸ਼ਕਲ ਘੜੀ ਵਿੱਚੋਂ ਲੰਘ ਰਹੀ ਹੈ ਤੇ ਉਹਨਾਂ ਨੇ ਇਹ ਵੀ ਯਕੀਨ ਦਿਵਾਇਆ ਕਿ ਫੈਡਰਲ ਸਰਕਾਰ ਹਾਰ ਵਿਲੇ ਸਿਟੀ ਆਫ ਟ੍ਰਾਂਟੋ ਦੇ ਨਾਲ ਹੈ ਤੇ ਉਹਨਾਂ ਦੀ ਭਾਈਵਾਲੀ ਲਈ ਵਚਨਬੱਧ ਹੈ ਫਰੀ ਲੈਂਡ ਨੇ ਇਹ ਵੀ ਆਖਿਆ ਕਿ ਹੋਰਨਾਂ ਤੋਂ ਇਲਾਵਾ ਫੈਡਰਲ ਸਰਕਾਰ ਇਨਫਰਾਸਟ੍ਰਕਚਰ ਪਬਲਿਕ ਟ੍ਰਾਂਸਪੋਰਟ ਤੇ ਪਬਲਿਕ ਸੇਫਟੀ ਪ੍ਰੋਜੈਕਟਸ ਲਈ ਮਦਦ ਕਰਨਾ ਜਾਰੀ ਰੱਖੇਗੀ ਪਰ ਉਹਨਾਂ ਨੇ ਇਹ ਵੀ ਆਖਿਆ ਕਿ ਲੋਡ ਪੈਣ ਉੱਤੇ ਆਰਥਿਕ ਪੱਖ ਤੋਂ ਟ੍ਰਾਂਟੋ ਦੀ ਮਦਦ ਅਨਟਾਰੀਓ ਸਰਕਾਰ ਨੂੰ ਪੂਰੀ ਕਰਨੀ ਚਾਹੀਦੀ ਹੈ ਆਸਟ੍ਰੇਲੀਆ 'ਚ ਸਭ ਤੋਂ ਵੱਡਾ ਯੁੱਧ ਅਭਿਆਸ ਸ਼ੁਰੂ ਹੋ ਗਿਆ ਹੈ ਇਸ ਯੁੱਧ ਅਭਿਆਸ ਵਿੱਚ ਅਮਰੀਕਾ ਸਮੇਤ 11 ਦੇਸ਼ਾਂ ਦੇ 30000 ਤੋਂ ਵੱਧ ਸੈਨਿਕ ਹਿੱਸਾ ਲੈ ਰਹੇ ਨੇ ਭਾਰਤ ਸਮੇਤ ਚਾਰ ਦੇਸ਼ ਇਸ ਅਭਿਆਸ ਦੇ ਨਿਗਰਾਨ ਨੇ ਤੁਹਾਨੂੰ ਦੱਸ ਤੀਏ ਕਿ ਇਸ ਅਭਿਆਸ ਨੂੰ ਚੀਨ ਦੀ ਚੁਣੌਤੀ ਨਾਲ ਨਜਿੱਠਣ ਦੇ ਤਰੀਕੇ ਵਜੋਂ ਦੇਖਿਆ ਜਾ ਰਿਹਾ ਹੈ ਦੱਸ ਦਈਏ ਕਿ ਚੀਨ ਹਿੰਦ ਪ੍ਰਸ਼ਾਂਤ ਮਹਾਸਾਗਰ ਖੇਤਰ ਵਿੱਚ ਲਗਾਤਾਰ ਆਪਣੀ ਮੌਜੂਦਗੀ ਵਧਾ ਰਿਹਾ ਹੈ ਜਿਸ ਕਾਰਨ ਇਸ ਅਭਿਆਸ ਨੂੰ ਬਹੁਤ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ ਆਸਟ੍ਰੇਲੀਆ ਦੀਆਂ ਵੱਖ-ਵੱਖ ਥਾਵਾਂ ਤੇ ਹੋ ਰਹੇ ਇਸ ਅਭਿਆਸ ਵਿੱਚ ਫਿਜੀ, ਫ੍ਰਾਂਸ, ਇੰਡੋਨੇਸ਼ੀਆ, ਜਾਪਾਨ, ਦੱਖਣੀ ਕੋਰੀਆ, ਨਿਊਜ਼ੀਲੈਂਡ, ਪਾਪੂਆ ਨਿਯੋਗਿਨੀ, ਟੋਂਗਾ, ਬ੍ਰਿਟੇਨ, ਕੈਨੇਡਾ ਤੇ ਜਰਮਨੀ ਦੀਆਂ ਫੌਜਾਂ ਹਿੱਸਾ ਲੈ ਰਹੀ ਜਦੋਂ ਕਿ ਭਾਰਤ ਸਿੰਗਾਪੁਰ ਫਿਲੀਪੀਨਸ ਅਤੇ థਾਈਲੈਂਡ ਇਸ ਅਭਿਆਸ ਦੇ ਨਿਗਰਾਨ ਹਨ ਖਾਸ ਕਰ ਇਹ ਹੈ ਕਿ ਅਮਰੀਕਾ ਆਸਟ੍ਰੇਲੀਆ ਵਿਵਾਦਤ ਤਾਈਵਾਨ ਜਲਡਮਰੂ ਵਿੱਚ ਵੀ ਅਭਿਆਸ ਕਰਨਗੇ ਇਹ ਉਹ ਥਾਂ ਹੈ ਜਿੱਥੇ ਚੀਨ ਨੇ ਪਿਛਲੇ ਸਮੇਂ ਅਭਿਆਸ ਕੀਤਾ ਸੀ ਤਾਈਵਾਨ ਜਲਡਮਰੂ ਵਿੱਚ ਆਸਟ੍ਰੇਲੀਆ ਅਮਰੀਕਾ ਦੇ ਯੁੱਧ ਅਭਿਆਸ ਤੋਂ ਚੀਨ ਨਰਾਜ਼ ਹੋ ਸਕਦਾ ਹੈ ਜ਼ਿਕਰਯੋਗ ਹੈ ਕਿ ਹਿੰਦ ਪ੍ਰਸ਼ਾਂਤ ਮਹਾਸਾਗਰ ਵਿਸ਼ਵ ਅਰਥਚਾਰੇ ਲਈ ਬਹੁਤ ਮਹੱਤਵਪੂਰਨ ਹੈ ਦੁਨੀਆ ਦਾ 80% ਵਪਾਰ ਇਸ ਖੇਤਰ ਵਿੱਚ ਹੁੰਦਾ ਹੈ ਅਜਿਹੇ 'ਚ ਜੇਕਰ ਇਸ ਖੇਤਰ 'ਚ ਅਸਥਿਰਤਾ ਜਾਂ ਸੁਰੱਖਿਆ ਨੂੰ ਲੈ ਕੇ ਕੋਈ ਸਮੱਸਿਆ ਆਉਂਦੀ ਹੈ ਤਾਂ ਇਸ ਦਾ ਅਸਰ ਪੂਰੀ ਦੁਨੀਆ ਦੀ ਅਰਥਵਿਵਸਥਾ ਤੇ ਪਏਗਾ ਤੇ ਸਪਲਾਈ ਚੇਨ ਵਿਗਨ ਪੈ ਸਕਦਾ ਹੈ ਯੂਕਰੇਨ ਯੁੱਧ ਕਾਰਨ ਇਹ ਪਹਿਲਾਂ ਹੀ ਵਿਗਨ ਦਾ ਸਾਹਮਣਾ ਕਰ ਰਹੀ ਹੈ ਇੱਥੇ ਦੱਸਦੇ ਕਿ ਆਸਟ੍ਰੇਲੀਆ ਛੋਣ ਵਾਲੇ ਇਸ ਅਭਿਆਸ ਨੂੰ ਟੈਲਿਸਮੈਨ ਸਾਬਰੇ ਦਾ ਨਾਮ ਦਿੱਤਾ ਗਿਆ ਹੈ ਇਹ ਅਭਿਆਸ ਹਰ 2 ਸਾਲ ਬਾਅਦ ਹੁੰਦਾ ਹੈ ਅਤੇ ਸਾਲ 2005 ਵਿੱਚ ਸ਼ੁਰੂ ਹੋਇਆ ਸੀ ਇਸ ਸਾਲ ਇਹ ਯੁੱਧ ਅਭਿਆਸ ਇਸ ਲਈ ਖਾਸ ਹੈ ਕਿਉਂਕਿ ਇਸ ਵਾਰ ਅਭਿਆਸ ਸਭ ਤੋਂ ਵੱਡਾ ਹੈ ਚੀਨ ਨੇ ਆਸਟ੍ਰੇਲੀਆ ਚ ਚੱਲ ਰਹੇ ਯੁੱਧ ਅਭਿਆਸ ਦੇ ਨਿਸ਼ਾਨਾ ਬਿੰਦਿਆ ਹੈ ਚੀਨ ਦੇ ਸਰਕਾਰੀ ਅਖਬਾਰ ਗਲੋਬਲ ਟਾਈਮਸ ਦੇ ਇੱਕ ਲੇਖ ਦੇ ਵਿੱਚ ਇਸ ਅਭਿਆਸ ਨੂੰ ਕਾਗਜ਼ੀ ਟਾਈਗਰ ਦੱਸਿਆ ਗਿਆ ਹੈ ਚੀਨੀ ਮਾਇਰਾਂ ਦਾ ਦੋਸ਼ ਹੈ ਕਿ ਅਮਰੀਕਾ ਸੁਰੱਖਿਆ ਅਤੇ ਜਮਹੂਰੀ ਕਦਰਾਂ ਕੀਮਤਾਂ ਦੀ ਰਾਖੀ ਦੇ ਨਾਂ ਤੇ ਦੇਸ਼ ਦੇ ਦਬਾਅ ਬਣਾ ਰਿਹਾ ਹੈ ਅਤੇ ਇਸ ਦੀ ਆੜ ਚ ਆਪਣੀ ਵਿਸ਼ਵ ਵਿਆਪੀ ਸਰਦਾਰੀ ਕਾਇਮ ਰੱਖਣਾ ਚਾਹੁੰਦਾ ਹੈ ਪਾਕਿਸਤਾਨ ਚੋਣ ਕਮਿਸ਼ਨ ਨੇ ਸੋਮਵਾਰ ਨੂੰ ਸਾਬਕਾ ਪ੍ਰਧਾਨ ਮੰਤਰੀ ਅਤੇ ਪਾਕਿਸਤਾਨ ਤਹਿਰੀਕ-ਇਨਜਾਫ ਦੇ ਚੇਅਰਮੈਨ ਇਮਰਾਨ ਖਾਨ ਖਿਲਾਫ ਮਾਨਹਾਨੀ ਮਾਮਲੇ 'ਚ ਗੈਰ-ਜ਼ਮਾਨਤੀ ਬ੍ਰੈਂਡ ਜਾਰੀ ਕੀਤਾ। ਸਥਾਨਿਕ ਨਿਊਜ਼ ਚੈਨਲ ਡਾਣ ਦੀ ਰਿਪੋਰਟ ਦੇ ਮਤਾਬਕ ਕਮਿਸ਼ਨ ਨੇ ਇਸਲਾਮਾਬਾਦ ਪੁਲਿਸ ਨੂੰ ਖਾਨ ਨੂੰ ਗ੍ਰਿਫਤਾਰ ਕਰਨ ਅਤੇ ਮੰਗਲਵਾਰ ਨੂੰ ਉਸ ਦੇ ਸਾਹਮਣੇ ਪੇਸ਼ ਕਰਨ ਦਾ ਨਿਰਦੇਸ਼ ਦਿੱਤਾ। ਇਮਰਾਨ ਖਾਨ ਸਮੇਤ ਸਾਬਕਾ ਸੂਚਨਾ ਮੰਤਰੀ ਫਵਾਦ ਚੌத்ਰੀ ਅਤੇ ਹੋਰਾਂ ਖਿਲਾਫ ਮੁਖ ਚੋਣ ਕਮਿਸ਼ਨਰ ਅਤੇ ਚੋਣ ਅਬਜ਼ਰਵਰ ਖਿਲਾਫ ਕਥਿਤ ਤੌਰ ਤੇ ਅਸ਼ਰੀਲ ਪਾਸ਼ਾ ਦੇ ਵਰਤੋ ਕਰਨ ਦੇ ਦੋਸ਼ ਵਿੱਚ ਮਾਮਲਾ ਤਰਜ ਕੀਤਾ ਗਿਆ ਸੀ ਵਾਰੰਟ ਦੇ ਮਤਾਬਕ ਇਮਰਾਨ ਖਾਨ ਨੇ ਕਮਿਸ਼ਨ ਵੱਲੋਂ 16 ਜਨਵਰੀ ਅਤੇ 2 ਮਾਰਚ ਨੂੰ ਜਾਰੀ ਕੀਤੇ ਜ਼ਮਾਨਤੀ ਵਰੰਟਾਂ ਨੂੰ ਨਜ਼ਰ ਅੰਦਾਜ਼ ਕਰ ਦਿੱਤਾ ਸੀ ਚੋਣ ਪੈਨਲ ਦੇ ਇਸਲਾਮਾਬਾਦ ਦੇ ਇਨਸਪੈਕਟਰ ਜਨਰਲ ਨੂੰ ਇਮਰਾਨ ਖਾਨ ਨੂੰ ਗ੍ਰਿਫਤਾਰ ਕਰਨ ਅਤੇ 22 ਜੁਲਾਈ ਨੂੰ ਸਵੇਰੇ 10 ਵਜੇ ਉਸਦੇ ਸਾਹਮਣੇ ਪੇਸ਼ ਕਰਨ ਦਾ ਨਿਰਦੇਸ਼ ਦਿੱਤਾ ਹੈ ਚੋਣ ਕਮਿਸ਼ਨ ਨੇ ਪਿਛਲੇ ਸਾਲ ਪੀਟੀਆਈ ਮੁਖੀ ਤੇ ਪਾਰਟੀ ਦੇ ਦੋ ਸਾਬਕਾ ਆਗੂਆਂ ਖਿਲਾਫ ਮਾਨ ਹਾਨੀ ਦੀ ਕਾਰਵਾਈ ਸ਼ੁਰੂ ਕੀਤੀ ਸੀ ਇਮਰਾਨ ਖਾਨ ਪਿਛਲੇ ਸਾਲ ਅਪ੍ਰੈਲ ਚ ਸੱਤਾ ਤੋਂ ਲੰਬੇ ਹੋਣ ਤੋਂ ਬਾਅਦ ਵੱਖ-ਵੱਖ ਅਦਾਲਤਾਂ ਚ ਕਈ ਕਾਨੂੰਨੀ ਮਾਮਲਿਆਂ ਨਾਲ ਜੂਝ ਰਹੇ ਨੇ ਚੋਣ ਕਮਿਸ਼ਨ ਨੇ ਇਸ ਮਾਮਲੇ ਦੇ ਵਿੱਚ ਆਪਣਾ ਪੱਖ ਦੱਸਣ ਦਾ ਵਿਅਕਤੀਗਤ ਤੌਰ ਤੇ ਜਾ ਆਪਣੇ ਵਕੀਲਾ ਰਾਹੀਂ ਉਹਨਾਂ ਦੀ ਮੌਜੂਦਗੀ ਦੀ ਬੇਨਤੀ ਕੀਤੀ ਸੀ ਚੋਣ ਪੈਨਲ ਦੀ ਬੇਨਤੀ ਵੀ ਪਾਲਣਾ ਕਰਨ ਦੀ ਬਜਾਏ ਤਿੰਨ ਵਿਅਕਤੀਆਂ ਨੇ ਕਾਨੂੰਨੀ ਆਧਾਰ ਤੇ ਵੱਖ-ਵੱਖ ਕੋਰਟਾਂ ਵਿੱਚ ਈਸੀਪੀ ਨੋਟਿਸਾਂ ਅਤੇ ਮਾਨ ਹਾਨੀ ਦੀ ਕਾਰਵਾਈ ਨੂੰ ਚੁਣੌਤੀ ਦਿੱਤੀ ਜਨਵਰੀ ਵਿੱਚ ਸੁਪਰੀਮ ਕੋਰਟ ਨੇ ਚੋਣ ਪੈਨਲ ਨੂੰ ਇਮਰਾਨ ਖਾਨ ਚੌਧਰੀ ਅਤੇ ਪੀਟੀਆਈ ਨੇਤਾ ਅਸਦ ਉਮਰ ਖਿਲਾਫ ਕੇਸ ਦੀ ਪੈਰਵੀ ਕਰਨ ਦੀ ਇਜਾਜ਼ਤ ਦਿੱਤੀ ਸੀ ਇਸ ਤੋਂ ਬਾਅਦ 21 ਜੂਨ ਨੂੰ ਕਮਿਸ਼ਨ ਨੇ ਜੁਲਾਈ ਵਿੱਚ ਇਮਰਾਨ ਫਵਾਦ ਅਤੇ ਉਮਰ ਨੂੰ ਰਸਮੀ ਤੌਰ ਤੇ ਚਾਰਜ ਕਰਨ ਦਾ ਫੈਸਲਾ ਕੀਤਾ ਪੰਜਾਬ ਦੇ ਸਿਹਰਸਪਟਾ ਤੇ ਸੱਭਿਆਚਾਰਕ ਮਾਮਲੇ ਵਿਭਾਗ ਦੀ ਨੌਂਦੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਜਾਇਬਕਰ ਵਿਰਾਸਤੇ ਖਾਲਸਾ ਸ੍ਰੀ ਚਮਕੌਰ ਸਾਹਿਬ ਵਿਖੇ ਦਾਸਤਾਨੇ ਸ਼ਹਾਦਤ ਅਤੇ ਅੰਮ੍ਰਿਤਸਰ ਵਿਖੇ 골ਡਨ ਟੈਂਪਲ ਪਲਾਜ਼ਾ 치마ਹੀ ਰੱਖ ਰਖਾ ਦੇ ਮੱਦੇਨਜ਼ਰ 31 ਜੁਲਾਈ ਤੱਕ ਸਲਾਨੀਆਂ ਲਈ ਬੰਦ ਨੇ ਇਸ ਸੰਬੰਧੀ ਵਿਧੇਰੇ ਜਾਣਕਾਰੀ ਦਿੰਦਿਆਂ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਉਕਤ ਅਜਾਇਬ ਘਰਾਂ ਨੂੰ ਹਰ ਸਾਲ ਦੀ ਤਰਜ਼ ਤੇ ਜਨਵਰੀ ਅਤੇ ਜੁਲਾਈ ਦੇ ਅਖੀਰਲੇ ਹਫਤੇ ਚ ਸਲਾਨੀਆਂ ਲਈ ਬੰਦ ਰੱਖਿਆ ਜਾਂਦਾ ਹੈ ਤਾਂ ਜੋ ਇਹਨਾਂ ਦੀ ਮੁਰੰਮਤ ਅਤੇ ਰੱਖ-ਰਖਾਅ ਸੰਬੰਧੀ ਕੰਮ ਕੀਤੇ ਜਾ ਸਕਣ ਜੋ ਕਿ ਅਜਾਇਬ ਘਰਾਂ ਦੀਆਂ ਗੈਲਰੀਆਂ ਵਿੱਚ ਸਲਾਨੀਆਂ ਦੀ ਲਗਾਤਾਰ ਆਵਾਜਾਈ ਦੌਰਾਨ ਨਹੀਂ ਕੀਤੇ ਜਾ ਸਕਤੇ ਇਹ ਸਨ ਹੁਣ ਤੱਕ ਦੀਆਂ ਖਬਰਾਂ ਮੈਨੂੰ ਬਰਨ ਕੌਰ ਮਾਨ ਨੂੰ ਦਿਵਾ ਗਿਆ ਹੋਰ ਖਬਰਾਂ ਦੇ ਲਈ ਸਾਡਾ YouTube ਚੈਨਲ ਪੰਜਾਬ ਮੇਲ US TV ਜ਼ਰੂਰ ਸਬਸਕ੍ਰਾਈਬ ਕਰੋ ਸ਼ੁਕਰੀਆ ਸਤਿ ਸ੍ਰੀ ਅਕਾਲ